ਡਾਕਟਰ ਸਾਹਿਬ ਦਾ ਸੰਬੰਧ ਜਿਸ ਖਿੱਤੇ ਨਾਲ ਸੀ, ਰਾਪੜ ਪਿੰਡ ਡਾਕਟਰ ਸਾਹਿਬ ਦਾ, ਦੁਆਬਾ ਖਾਸ ਤੌਰ 'ਤੇ, ਨਵਾਂ ਸ਼ਹਿਰ ਜ਼ਿਲ੍ਹੇ ਦਾ ਪਿੰਡ, ਇਹ ਖਿੱਤਾ ਘੱਟ ਭੋਏ ਵਾਲਤੀ ਵਾਲੇ ਲੋਕਾਂ ਦਾ ਖਿੱਤਾ ਆ, ਪਰ ਇਸ ਖਿੱਤੇ ਦੇ ਲੋਕਾਂ ਦੀਆਂ ਆਸ਼ਾਵਾਂ ਬਹੁਤ ਵੱਡੀਆਂ ਸੀ। ਸ਼ਾਇਦ ਇਹੀ ਕਾਰਨ ਆ ਕਿ ਦੁਆਬਾ ਬਾਕੀ ਸਾਰੇ ਪੰਜਾਬ ਨਾਲੋਂ ਪਹਿਲਾਂ ਬਿਖਰ ਗਿਆ, ਸਾਰੇ ਸੰਸਾਰ ਦੇ ਵਿੱਚ ਦੁਨੀਆਂ 'ਚ ਫੈਲ ਗਿਆ। ਸੋ ਮੈਨੂੰ ਲੱਗਦਾ ਹੁੰਦਾ ਕਿ ਹਰਚਰਨ ਸਿੰਘ ਨੇ ਉਸ ਮਿੱਟੀ 'ਚੋਂ ਇਹ ਗੱਲ ਸਿੱਖੀ ਸੀ ਕਿ ਸੁਪਨੇ 'ਚ ਆਸ਼ਾਵਾਂ ਬਹੁਤ ਵੱਡੀਆਂ ਰੱਖਣੀਆਂ। ਮੈਂ ਦੇਖਦਾ ਕਿ ਜਦੋਂ ਡਾਕਟਰ ਸਾਹਿਬ ਲਿਖਣਾ ਸ਼ੁਰੂ ਕਰਦੇ ਆ, ਆਪਣਾ ਪਹਿਲਾ ਨਾਟਕ ਜਦੋਂ ਲਿਖਦੇ ਆ ਡਾਕਟਰ ਸਾਹਿਬ ਕਮਲਾ ਕੁਮਾਰੀ 1938 ਦੇ ਵਿੱਚ, 37 ਦੇ ਵਿੱਚ, ਉਸ ਵੇਲੇ ਮੈਂ ਦੇਖਦਾ ਕਿ ਦੁਨੀਆਂ ਦੇ ਵਿੱਚ ਬਹੁਤ ਸਾਰੇ ਐਸੇ ਖਿੱਤੇ ਸੀ ਜਿੱਥੇ ਬਸਤੀਵਾਦ ਦੇ ਖਿਲਾਫ ਲੋਕ ਲੜ ਰਹੇ ਸੀ, ਸੰਘਰਸ਼ ਕਰ ਰਹੇ ਸੀ। ਖਾਸ ਤੌਰ 'ਤੇ ਮੈਂ ਦੇਖਦਾ ਕਿ 30ਵਿਆਂ ਦੇ ਵਿੱਚ ਵਰਿਸ਼ਠ ਨੇ, ਜਿਹੜੇ ਜਰਮਨ ਦੇ ਵੱਡੇ ਨਾਟਕਕਾਰ ਨੇ, ਉਹਨਾਂ ਨੇ ਬਸਤੀਵਾਦ ਦੇ ਖਿਲਾਫ, ਖਾਸ ਤੌਰ 'ਤੇ ਬਸਤੀਵਾਦ ਦਾ ਉਹ ਰੂਪ ਜਿਹੜਾ ਬਹੁਤ, ਜਿਹਨੂੰ ਅਸੀਂ ਨਾਜ਼ੀਵਾਦ ਅਤੇ ਫਾਸ਼ੀਵਾਦ ਕਹਿੰਦੇ ਹਾਂ, ਜਿਹੜਾ ਬਹੁਤ ਦਮਨਕਾਰੀ ਸੀ, ਵਰਿਸ਼ਠ ਨੇ ਉਹਦੇ ਖਿਲਾਫ ਨਾਟਕ ਵੀ ਲਿਖੇ। ਵਰਿਸ਼ਠ ਸਿਆਸੀ ਤੌਰ 'ਤੇ ਵੀ ਲੜਿਆ ਉਸ ਦੌਰ ਦੇ ਵਿੱਚ, ਪਰ ਵਰਿਸ਼ਠ ਨੇ ਨਾਟਕ ਅਤੇ ਥੀਏਟਰ ਲਈ ਇੱਕ ਸਵਾਲ ਵੀ ਖੜਾ ਕਰ ਦਿੱਤਾ ਸੀ। ਜਦੋਂ ਉਹ ਕਹਿੰਦੇ ਨੇ ਵਰਿਸ਼ਠ ਕਿ ਥੀਏਟਰ ਮਨੁੱਖ ਦੀ ਆਤਮਕ ਜਗਿਆਸਾ ਅਤੇ ਸੁਪਨਿਆਂ ਤੋਂ ਬੇਨਿਆਜ ਕਿਵੇਂ ਰਹਿ ਸਕਦਾ ਹੈ। ਨਾਲ ਇਹਨਾਂ ਨੇ ਕਿਹਾ ਕਿ ਸਾਡੀ ਸਦੀ ਦਾ ਗਿਆਨ ਵੀ ਹੋਣਾ ਅਤੇ ਗੁਲਾਮ ਮਨੁੱਖ ਆਪਣੀ ਆਜ਼ਾਦੀ ਦੀ ਤੜਪ ਅਤੇ ਗਿਆਨ ਦੀ ਭੁੱਖ ਨੂੰ ਮਾਰ ਕੇ ਕਿਵੇਂ ਜੀ ਸਕਦਾ ਹੈ। ਸਾਡੀ ਇਸ ਮਹਾਨ ਪਰ ਭਿਆਨਕ ਸਦੀ ਦਾ ਖੁਦ ਬਦਲਣ ਵਾਲਾ ਅਤੇ ਦੁਨੀਆਂ ਨੂੰ ਬਦਲ ਰਿਹਾ ਮਨੁੱਖ ਕਿਸ ਕਿਸਮ ਦਾ ਥੀਏਟਰ ਪੈਦਾ ਕਰੇ ਕਿ ਉਹ ਖੁਦ ਆਪਣਾ ਅਤੇ ਦੁਨੀਆਂ ਦਾ ਸੌਮੀ ਬਣ ਜਾਏ। ਜਦੋਂ ਵਰਿਸ਼ਠ ਇਹ ਸਵਾਲ ਉਠਾ ਰਿਹਾ ਸੀ 30ਵਿਆਂ 'ਚ, ਉਸੇ ਵੇਲੇ ਡਾਕਟਰ ਗੁਰਸ਼ਰਨ ਸਿੰਘ ਨਾਟਕ ਲਿਖਣ ਵੱਲ ਨੂੰ ਰੁਚਿਤ ਹੋ ਰਹੇ ਸੀ। ਡਾਕਟਰ ਸਾਹਿਬ ਦਾ ਪਹਿਲਾ ਨਾਟਕ, ਜਿਹਨੂੰ ਸਾਡੇ ਅਕਸਰ ਆਲੋਚਕਾਂ ਨੇ ਕਮਲਾ ਕੁਮਾਰੀ ਨਾਟਕ ਨੂੰ ਇੱਕ ਰੋਮਾਂਚਕ ਸੁਖਾਂਤ ਕਹਿ ਕੇ ਇਸ ਕਿਸਮ ਦੀਆਂ ਟਿੱਪਣੀਆਂ ਕਰਤੀਆਂ ਕਿ ਇਹ ਡਾਕਟਰ ਸਾਹਿਬ ਦਾ ਪਹਿਲਾ ਨਾਟਕ ਆ, ਉਹਨਾਂ ਦਾ ਅਭਿਆਸੀ ਦੌਰ ਦਾ ਨਾਟਕ ਆ। ਪਰ ਮੈਨੂੰ ਲੱਗਦਾ ਕਿ ਜੇ ਅਸੀਂ ਡਾਕਟਰ ਹਰਚਰਨ ਸਿੰਘ ਦੇ ਨਾਟਕਾਂ ਨੂੰ ਉਸ ਸੰਦਰਭ ਵਿੱਚ ਪੜ੍ਹੀਏ ਜਦੋਂ ਸਾਰੇ ਸੰਸਾਰ ਦਾ ਇੱਕ ਬਹੁਤ ਵੱਡਾ ਹਿੱਸਾ ਬਸਤੀਵਾਦ ਦੇ ਖਿਲਾਫ ਲੜ ਰਿਹਾ ਸੀ, ਔਰ ਕੌਮੀ ਸੁਤੰਤਰਤਾ ਸੰਗਰਾਮ ਜਿਹੜੇ ਸੀਗੇ ਉਹ ਦੁਨੀਆਂ ਦੇ ਖਿੱਤੇ ਖਿੱਤੇ ਵਿੱਚ ਆਪਣੀਆਂ ਆਵਾਜ਼ਾਂ ਉਠਾ ਰਹੇ ਸੀ, ਉਦੋਂ ਇਸ ਨਾਟਕ ਦਾ ਲਿਖਿਆ ਜਾਣਾ ਆਪਣੇ ਆਪ 'ਚ ਬਹੁਤ ਮਹੱਤਵਪੂਰਨ। ਸਾਡੇ ਅਕਸਰ ਆਲੋਚਕਾਂ ਨੇ ਇਸ ਨਾਟਕ ਨੂੰ ਰੋਮਾਂਚਕ ਸਿਖਾਂਤ ਕਹਿ ਕੇ ਇਹਦੇ ਉੱਤੇ ਹਲਕੀਆਂ ਦੀਆਂ ਟਿੱਪਣੀਆਂ ਕਰਤੀਆਂ, ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਨਾਟਕ ਅਸਲ ਵਿੱਚ ਇਸ ਬਰੇ ਸਰੀਰ ਦੇ ਆਮ ਜਿਹੜਾ ਬੰਦਾ ਸੀ, ਜਿਹੜੀ ਉਹਦੀ ਜ਼ਿੰਦਗੀ ਨੂੰ ਜੀਣ ਦੀ ਤਾਂਘ ਸੀ, ਜਿਹੜੀ ਉਹਦੀ ਜਗਿਆਸਾ ਸੀ ਜ਼ਿੰਦਗੀ ਨੂੰ ਜੀਣ ਦੀ, ਜਾਂ ਇਹ ਕਹਿ ਲਈਏ ਕਿ ਮਨ ਮਾਰ ਕੇ ਸਮੰਤੀ ਘੁੱਡਣ 'ਚ ਜੀ ਰਿਹਾ ਸਮਾਜ ਜਿਹੜੀ ਇੱਕ ਅੰਗੜਾਈ ਲੈ ਰਿਹਾ ਸੀ। ਹਰਚਰਨ ਸਿੰਘ ਦੇ ਇਸ ਨਾਟਕ ਦੇ ਵਿੱਚ ਮੈਟਾਫਰ ਭਾਵੇਂ ਇਸ਼ਕ ਦਾ ਆ, ਪਰ ਇਸ ਮੈਟਾਫਰ ਦੇ ਉਹਦੇ 'ਚ ਭਾਰਤੀ ਮਨੁੱਖ ਦੀ ਚੱਜ ਨਾਲ ਜੀਣ ਦੀ
ਤੇ ਉਹਨਾਂ ਬੰਧਨਾਂ ਤੋਂ ਮੁਕਤ ਹੋ ਜਾਣਗੇ। ਜਿਹੜੇ ਬੰਧਨ ਇੱਕ ਪਾਸੇ ਸਾਡੇ ਸਨਾਤਨੀ ਪਰੰਪਰਾਵਾਂ ਦੇ ਬੰਧਨ ਨੇ, ਪਿੱਤਰ ਸੱਤਾ ਦੇ ਬੰਧਨ ਨੇ, ਪਰ ਉਹ ਪਿੱਤਰ ਸੱਤਾ ਦੇ ਬੰਧਨ ਜਿਹੜੇ ਹੈਗੇ ਆ ਇੱਕ ਵਿਸ਼ਾਲ ਮੈਟਾਫਰ ਦੇ ਰੂਪ ਦੇ ਵਿੱਚ ਉਹ ਬਸਤੀਵਾਦ ਦੇ ਖਿਲਾਫ ਸੰਸਾਰ ਦੇ ਵੱਡੇ ਖਿੱਤੇ ਦੇ ਲੋਕਾਂ ਦੀ ਆਜ਼ਾਦੀ ਦੇ ਤਾਂ ਦੇ ਮੈਟਾਫਰ ਵੀ ਬਣ ਜਾਂਦੇ ਆ ਇਸ ਨਾਟਕ ਦੇ ਵਿੱਚ। ਸੋ ਮੈਨੂੰ ਇਹ ਲੱਗਦਾ ਕਿ ਸ਼ੁਰੂ ਤੋਂ ਹੀ ਡਾਕਟਰ ਹਰਚੰਦ ਸਿੰਘ ਆਪਣੇ ਵੇਲੇ ਦੀ ਸਿਆਸੀ ਫਿਜ਼ਾ ਨੂੰ ਆਪਣੇ ਨਾਟਕਾਂ ਦੇ ਵਿੱਚ ਸੱਭਿਆਚਾਰਕ ਮੈਟਾਫਰ ਦੇ ਰੂਪ 'ਚ ਕਸ਼ੀਦਣਾ ਸ਼ੁਰੂ ਕਰ ਦਿੰਦੇ ਨੇ। ਜੇ ਅਸੀਂ ਇੱਥੋਂ ਸਫ਼ਰ ਦਿੱਤੀ ਉਹਨਾਂ ਦਾ ਤਾਂ ਸਾਨੂੰ ਇੰਝ ਲੱਗਦਾ ਕਿ ਡਾਕਟਰ ਹਰਚੰਦ ਸਿੰਘ ਇਹ ਗੱਲਾਂ ਅਚਾਨਕ ਨਹੀਂ ਸੀ ਕਰ ਰਹੇ, ਕਿਉਂਕਿ ਉਹ ਇੱਕ ਪੜ੍ਹੇ ਲਿਖੇ ਸੁਚੇਤ ਇਨਸਾਨ ਨੇ ਅਤੇ ਵਿਸ਼ਵ ਸਾਹਿਤ ਨਾਲ, ਖਾਸ ਤੌਰ 'ਤੇ ਵਿਸ਼ਵ ਨਾਟਕ ਦੇ ਨਾਲ, ਵਿਸ਼ਵ ਰੰਗਮੰਚ ਦੇ ਨਾਲ ਉਹਨਾਂ ਦੀ ਬੜੀ ਨੇੜਤਾ ਰਹੀ ਆ। ਤਾਂ ਮੈਨੂੰ ਲੱਗਦਾ ਕਿ ਇਹ ਉਹ ਖਿੱਤਾ ਸੀ ਕਿ ਜਦੋਂ ਇਸ ਖਿੱਤੇ ਦੇ ਵਿੱਚ ਨਵੀਂ ਸਿੱਖਿਆ ਆ ਗਈ ਸੀ, ਉਸ ਨਵੀਂ ਸਿੱਖਿਆ ਨੇ ਭਾਰਤੀ ਮਨੁੱਖ ਦੇ ਜਿਹੜੇ ਵਿਜ਼ਨ ਨੂੰ ਵਿਸਥਾਰਿਆ, ਸਾਡੀਆਂ ਜਿਹੜੀਆਂ ਸੀਗੀਆਂ, ਸਾਡਾ ਸੰਪਰਕ ਦੁਨੀਆਂ ਨਾਲ ਬਣਿਆ। ਨੰਦਾ ਤੋਂ ਬਾਅਦ ਮੈਂ ਦੇਖਦਾ ਕਿ ਨੰਦਾ ਅਤੇ ਗਾਰਗੀ ਦੇ ਵਿਚਕਾਰ ਡਾਕਟਰ ਹਰਚੰਦ ਸਿੰਘ ਇੱਕ ਬੜੀ ਮਹੱਤਵਪੂਰਨ ਕੜੀ ਨੇ, ਜਿਹੜੇ ਉਸ ਵੇਲੇ ਦੇ ਭਾਰਤੀ ਮਨੁੱਖ ਦੀ ਉਸ ਤਾਂ ਜਿਹੜੀ ਚੱਜ ਨਾਲ ਜੀਵਨ ਜੀਣ ਦੀ ਤਾਂ ਸੀ, ਜਾਂ ਜਿਹੜੀ ਬਸਤੀਵਾਦ ਤੋਂ ਮੁਕਤ ਹੋ ਕੇ ਜੀਣ ਦੀ ਤਾਂ ਸੀ, ਡਾਕਟਰ ਸਾਹਿਬ ਉਹਦੀ ਰੂਪ ਜਿੱਤੇ ਸਿਕਾ ਰਹੇ ਨੇ ਆਪਣੇ ਨਾਟਕਾਂ ਦੇ ਵਿੱਚ। ਇਸ ਸਮੇਂ 'ਚ ਅਸੀਂ ਦੇਖਦੇ ਹਾਂ ਕਿ ਨੰਦਾ ਦੇ ਨਾਟਕ ਨੇ, ਨੰਦਾ 'ਤੇ ਹਾਲਾਂਕਿ ਇਹਨਾਂ ਤੋਂ 1913 'ਚ ਨਾਟਕ ਦਾ ਅਕਾਵੀ ਆ ਜਾਂਦਾ ਨੰਦਾ ਦਾ, ਪਰ ਇਹਨਾਂ 20 ਵਰ੍ਹਿਆਂ ਦੇ ਅਰਸੇ 'ਚ ਅਸੀਂ ਜਦੋਂ ਦੇਖਦੇ ਹਾਂ ਕਿ ਹਿੰਦੁਸਤਾਨ ਦੇ ਵੱਖਰੇ ਵੱਖਰੇ ਖਿੱਤਿਆਂ 'ਚ, ਵੱਖ ਵੱਖ ਖਿੱਤਿਆਂ ਦੇ ਵਿੱਚ ਬਹੁਤ ਸਾਰੇ ਅੰਦੋਲਨ ਹੋ ਰਹੇ ਨੇ, ਖਾਸ ਤੌਰ 'ਤੇ ਪੰਜਾਬ ਦੀ ਆਪਣੀ ਧਰਤੀ ਦੇ ਉੱਤੇ ਵੀ ਇਸ ਕਿਸਮ ਦੇ ਅੰਦੋਲਨ ਹੋ ਰਹੇ ਸੀਗੇ। 1857 ਤੋਂ ਲੈ ਕੇ 1907 ਤੱਕ ਲਗਾਤਾਰ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਕੋਈ ਨਾ ਕੋਈ ਅੰਦੋਲਨ ਅਤੇ ਕੋਈ ਨਾ ਕੋਈ ਮੂਵਮੈਂਟ ਸਾਨੂੰ ਨਜ਼ਰ ਆਉਂਦੀ ਆ। ਮੈਨੂੰ ਲੱਗਦਾ ਕਿ ਹਰਚੰਦ ਸਿੰਘ ਅਤੇ ਨੰਦਾ ਦੀ ਜਿਹੜੀ ਪੀੜ੍ਹੀ ਸੀ, ਜਿਹੜੀ ਇਹਨਾਂ ਦੀ ਮਨੋਬਲਤਾ ਆ, ਉਹਨੂੰ ਉਸਾਰਨ ਦੇ ਵਿੱਚ ਸਾਡੀ ਜਿਹੜੀ ਨੈਸ਼ਨਲ ਮੂਵਮੈਂਟ ਦਾ ਬਹੁਤ ਵੱਡਾ ਯੋਗਦਾਨ ਸੀ। ਔਰ 37 ਦੇ ਵਿੱਚ ਨਾਟਕ ਲਿਖਿਆ ਜਾ ਰਿਹਾ, 36 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪ੍ਰਗਤੀਸ਼ੀਲ ਲਹਿਰ ਦਾ ਅੰਦੋਲਨ ਹੁੰਦਾ ਆ। ਔਰ ਇਸੇ ਸਮੇਂ 'ਤੇ ਅਸੀਂ ਦੇਖਦੇ ਹਾਂ ਕਿ ਫਸਟ ਵਰਲਡ ਵਾਰ ਤੋਂ ਬਾਅਦ 1938 ਦਾ ਮੰਦਵਾੜਾ ਆ, ਉਸ ਮੰਦਵਾੜੇ ਤੋਂ ਬਾਅਦ ਜਿਹੜਾ ਭਾਰਤੀ ਵੱਧ ਵਰਗ ਆ, ਭਾਰਤੀ ਵੱਧ ਵਰਗ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਹੈਗੀ ਆ, ਖਾਸ ਤੌਰ 'ਤੇ ਆਜ਼ਾਦੀ ਦੇ ਸੰਗਰਾਮ ਦਾ ਬਹੁਤ ਤਿੱਖੇ ਹੋ ਜਾਣਾ। ਮੈਨੂੰ ਲੱਗਦਾ ਕਿ ਅਸੀਂ ਹਰਚੰਦ ਸਿੰਘ ਦੀਆਂ ਮੁੱਢਲੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਇਸ ਸਾਰੇ ਪ੍ਰਪੇਖ ਤੋਂ, ਇਸ ਸਾਰੇ ਪ੍ਰਸੰਗ ਤੋਂ ਨਿਖੇੜ ਕੇ ਨਹੀਂ ਸਮਝ ਸਕਦੇ। ਦੂਜੀ ਗੱਲ ਜਿਹੜੀ ਮੈਨੂੰ ਲੱਗਦੀ ਇਹਨਾਂ 'ਚ ਡਾਕਟਰ ਹਰਚੰਦ ਸਿੰਘ ਹੋਣਾਂ ਵਿੱਚ, ਉਹ ਲਗਾਤਾਰ ਲਿਖ ਰਹੇ ਨੇ। ਤੁਸੀਂ ਜੇ ਉਹਨਾਂ ਦੇ ਰਚਨਾ ਸੰਸਾਰ 'ਤੇ ਨਜ਼ਰ ਮਾਰੋ, 25 ਉਹਨਾਂ ਦੇ ਸੰਪੂਰਨ ਨਾਟਕ ਨੇ, 34 ਇਕਾਂਗੀ ਨੇ ਜਿੰਨੇ ਕਿ ਮੈਂ ਤੱਥ ਇਕੱਠੇ ਕਰ ਸਕਿਆ, 23 ਕਹਾਣੀਆਂ ਨੇ, 8 ਉਹਨਾਂ ਦੀਆਂ ਆਲੋਚਨਾ ਦੀਆਂ ਕਿਤਾਬਾਂ ਨੇ, ਸਵੈ ਜੀਵਨੀਆਂ, ਕੁਝ ਫਿਲਮਾਂ ਦਾ ਕੰਮ ਆ, ਅਤੇ ਨਾਲ ਨਾਲ ਉਹ ਕੁਝ ਐਸੇ ਅਦਾਰਿਆਂ ਨਾਲ ਜੁੜੇ ਰਹੇ ਜਿਹੜੇ ਅਦਾਰੇ ਨਾਟਕ ਦੀ ਸਰਗਰਮੀ ਨੂੰ ਅਤੇ ਮੰਚ ਦੀ ਸਰਗਰਮੀ ਨੂੰ ਬਹੁਤ ਨੇੜਿਓਂ ਉਹਨਾਂ ਨੇ ਤੱਕਿਆ, ਅਤੇ ਖਾਸ ਤੌਰ 'ਤੇ ਨਾਟਕ ਨੂੰ ਪਿੰਡਾਂ ਤੱਕ ਲੈ ਕੇ ਜਾਣ ਲਈ। 1938 'ਚ ਉਹ ਆਪਣਾ ਨਾਟਕ ਆਪਣੇ ਪਿੰਡ 'ਚ ਖੇਡ ਰਿਹਾ, ਆਪਣੇ ਪਿੰਡ 'ਚ ਡਰਾਮਟਿਕ ਕਲੱਬ ਬਣਾ ਦਿੰਦੇ ਆ। ਉਸ ਤੋਂ ਬਾਅਦ ਜਦੋਂ ਉਹ ਲਾਹੌਰ ਜਾਂਦੇ ਆ, ਲਾਹੌਰ ਉਹ ਪਹਿਲਾਂ ਨੋਰਾ ਰਿਚਰਡ ਦੀ ਜਿਹੜੀ 2.5 ਮਹੀਨਿਆਂ ਦੀ ਨਾਟਕ ਦੀ ਟ੍ਰੇਨਿੰਗ ਦੀ ਕਲਾਸ ਆ, ਉਹਦੇ 'ਚ ਜਾ ਕੇ ਟ੍ਰੇਨਿੰਗ ਲੈਂਦੇ ਆ।
ਤੇ ਨਾਲ ਜਿਹੜੀ ਲਾਹੌਰ ਦੇ ਨਾਲ ਨਾਟਕੀ ਸਰਗਰਮੀਆਂ ਆ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਆ। ਲਾਹੌਰ, ਦਿੱਲੀ, ਪਟਿਆਲਾ ਤੇ ਚੰਡੀਗੜ੍ਹ ਮੈਂ ਸਮਝਦਾ ਕਿ ਉਹਨਾਂ ਦੀ ਉਹਨਾਂ ਦੇ ਥੀਏਟਰ ਦੀ ਗੱਲ ਭੂਮੀ ਰਿਹਾ। ਨਾਟਕ ਲਿਖਣ ਦੇ ਨਾਲ ਨਾਲ ਜਿਹੜੀਆਂ ਨਾਟਕ ਨੂੰ ਲਹਿਰ ਦੇ ਤੌਰ ਤੇ ਮੈਂ ਸਮਝਦਾ ਕਿ ਨਾਟਕ ਦੀ ਲਹਿਰ ਦੀ ਉਸਾਰੀ ਦਾ ਬਹੁਤ ਵੱਡਾ ਕੰਮ ਸੀ। ਇਹਦੇ ਬਾਰੇ ਗੱਲ ਕਦੇ ਫੇਰ ਕਰਾਂਗੇ, ਅੱਜ ਨਹੀਂ ਸੋਹਣੀ ਹੋ ਗੱਲ। ਮੈਂ ਅੱਜ ਸਰਵਣ ਦੇ ਨਾਟਕਾਂ ਦੇ ਹਵਾਲੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਤੁਹਾਡੇ ਨਾਲ। ਅਸੀਂ ਦੇਖ ਰਹੇ ਹਾਂ ਕਿ ਡਾਕਟਰ ਚਰਨ ਸਿੰਘ ਨੂੰ ਜਦ ਤੱਕ ਸਾਡੀ ਆਲੋਚਨਾ ਬਹੁਤ ਘੱਟ ਗੌਲਿਆ ਗਿਆ, ਜਿਹੜਾ ਉਹਨਾਂ ਦਾ ਬਣਦਾ ਸਾਂ ਸੀ ਨਹੀਂ ਦਿੱਤਾ ਗਿਆ, ਜਾਂ ਕਈ ਵਾਰੀ ਉਹਨਾਂ ਦੀ ਪ੍ਰਸ਼ੰਸਾ ਕਰਕੇ ਵੀ ਅਸੀਂ ਆਪਣਾ ਕੰਮ ਸਾਰ ਲੈਂਦੇ ਰਹੇ। ਮੈਨੂੰ ਪਤਾ ਕਿ ਅੱਜ ਦਾ ਇਹ ਪਹਿਲਾ ਯਾਦਗਾਰੀ ਲੈਕਚਰ ਆ, ਪਰ ਮੈਂ ਸਮਝਦਾ ਕਿ ਉਹਨਾਂ ਦੇ ਕੰਮ ਦੀ ਅਵੈਲੂਏਸ਼ਨ ਨੂੰ ਕੇਵਲ ਬੱਲੇ ਬੱਲੇ ਕਰਕੇ ਨਾ ਸਾਰਦੇ ਅਸੀਂ। ਜੇ ਅਸੀਂ ਉਹਨਾਂ ਦੇ ਕੰਮ ਨੂੰ ਅਵੈਲੂਏਟ ਕਰਨਾ ਤੇ ਉਹਨਾਂ ਨੂੰ ਯਾਦ ਕਰਨਾ ਤਾਂ ਚੰਗਾ ਤਰੀਕਾ ਇਹ ਹੋਊਗਾ ਕਿ ਅਸੀਂ ਉਹਨਾਂ ਬਾਰੇ ਜਿਹੜੀ ਮਿੱਥ ਸਥਾਪਦੀ ਉਸ ਮਿੱਥ ਤੋਂ ਪਰੇ ਹੋ ਕੇ ਦੇਖੀ, ਅਸੀਂ ਉਹਨਾਂ ਨੂੰ ਉਹਨਾਂ ਦੇ ਸਾਰੇ ਨਾਟਕ ਨੂੰ ਰੀਥਿੰਕ ਕਰੀਏ, ਉਹਨਾਂ ਦੀ ਸਾਰੀ ਸਾਰੀ ਐਕਟੀਵਿਟੀ ਨੂੰ ਰੀਥਿੰਕ ਕਰੀਏ। ਤੇ ਮੈਂ ਇਹ ਕੋਸ਼ਿਸ਼ ਕਰ ਰਿਹਾ ਕਿ ਡਾਕਟਰ ਸਾਹਿਬ ਦੇ ਜਿਹੜੀ ਮੈਂ ਸਿਰਫ ਸੰਸਥਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਬੱਚੇ ਬੈਠੇ ਨੇ। 1938 'ਚ ਉਹ ਆਪਣੇ ਪਿੰਡ ਦੇ ਵਿੱਚ ਨਾਟਕ ਕਲੱਬ ਬਣਾਉਂਦੇ ਨੇ, ਲਾਹੌਰ 'ਚ ਜਾ ਕੇ ਪੰਜਾਬ ਆਰਟ ਥੀਏਟਰ ਦੀ ਸਥਾਪਨਾ ਕਰਦੇ ਨੇ, 1947 'ਚ ਜਦੋਂ ਦਿੱਲੀ ਆਉਣਾ ਪੈਂਦਾ ਤਾਂ ਦਿੱਲੀ ਆ ਕੇ ਉਸੇ ਪੰਜਾਬ ਆਰਟ ਸੈਂਟਰ ਨੂੰ ਰਿਵਾਈਵ ਕਰਦੇ ਨੇ। ਬਾਅਦ ਵਿੱਚ ਉਹਦਾ ਜਦੋਂ ਹਰਪਾਲ ਚਵਾਣਾ ਸੀਨ 'ਤੇ ਆਉਂਦੇ ਨੇ ਤਾਂ ਉਹਦਾ ਨਾਮ ਬਦਲ ਦਿੰਦੇ ਨੇ। ਔਰ ਉੱਥੇ ਦਿੱਲੀ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਉਹਨਾਂ ਦਾ ਈਸਟਰਨ ਪੰਜਾਬ ਕਾਲਜ ਸੀ ਉਹ ਪੰਜਾਬੀ ਨਾਟਕ ਦੀ ਸਰਗਰਮੀ ਦਾ ਕੇਂਦਰ ਵੀ ਰਿਹਾ, ਏਕਤਾ ਲਹਿਰ ਦੀਆਂ ਸਰਗਰਮੀਆਂ ਦਾ ਕੇਂਦਰ ਵੀ ਰਿਹਾ ਅਤੇ ਪ੍ਰਗਤੀਸ਼ੀਲ ਲਹਿਰ ਦੀ ਜਿਹੜੀ ਸਰਗਰਮ ਜਿੱਥੇ ਹੋਈ ਸੀ ਉਹਦੇ ਨਾਲ ਸਰਗਰਮੀਆਂ ਦਾ ਵੀ ਉਹ ਕੇਂਦਰ ਬਣੇ ਰਹੇ। ਚੌਂਕ 'ਚ ਉਹ ਪੰਜਾਬੀ ਆਰਟ ਥੀਏਟਰ ਦਾ ਨਾਮ ਬਦਲ ਕੇ ਪੰਜਾਬੀ ਕਲਾ ਮੰਚ ਕਰ ਦਿੰਦੇ ਆ। ਇਸ ਤਰ੍ਹਾਂ ਮੈਂ ਜਾਂਦਾ ਕਿ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਹਨਾਂ ਨਾਲ ਉਹ ਨਿਰੰਤਰ ਆਪਣਾ ਨਾਤਾ ਜੋੜੀ ਜਾਂਦੇ ਆ। ਪਹਿਲੀ ਮੈਨੂੰ ਬਹੁਤ ਦਿਲਚਸਪ ਗੱਲ ਮੈਨੂੰ ਲੱਗਦੀ ਆ ਕਿ ਜਦੋਂ ਉਹ ਨਾਟਕ ਕਮਲਾ ਕੁਮਾਰੀ ਲਿਖ ਕੇ ਇਸ ਅਮੋਲ ਨੂੰ ਪੜ੍ਹਨ ਲਈ ਦਿੰਦੇ ਆ ਤੇ ਅਮੋਲ ਸਾਹਿਬ ਉਹ ਨਾਟਕ ਲੈ ਜਾਂਦੇ ਆ ਪ੍ਰਿੰਸੀਪਲ ਤੇਜਾ ਸਿੰਘ ਕੋਲੇ ਕਿ ਇਹਦੀ ਭੂਮਿਕਾ ਲਿਖੋ। ਪ੍ਰਿੰਸੀਪਲ ਤੇਜਾ ਸਿੰਘ ਬਹੁਤ ਖੁੱਲ੍ਹੇ ਸੁਭਾਅ ਦੇ ਬੰਦੇ ਸੀ, ਬਹੁਤ ਲੋਕਾਂ ਦੀਆਂ ਭੂਮਿਕਾ ਲਿਖੀਆਂ ਉਹਨਾਂ ਨੇ, ਪਰ ਇਸ ਨਾਟਕ ਦੀ ਭੂਮਿਕਾ ਲਿਖਣ ਤੋਂ ਇਨਕਾਰ ਕਰ ਦਿੰਦੇ ਨੇ। ਦਿਲਚਸਪ ਗੱਲ ਇਹ ਆ ਕਿ ਸਾਡੀ ਜਿਹੜੀ ਪੰਜਾਬੀ ਨਾਟਕ ਆਲੋਚਨਾ ਹੈ ਉਹਦਾ ਇੱਕ ਸੰਕਟ ਆ, ਸੰਕਟ ਸਾਡੇ ਨਾਟਕ ਦਾ ਵੀ ਹੁੰਦਾ। ਮੈਂ ਵਾਰ ਵਾਰ ਪੜ੍ਹਦਾ ਰਿਹਾ, ਡਾਕਟਰ ਤਾਂ ਸਿੰਘ ਵਾਰ ਵਾਰ ਲੱਗਦੇ ਰਹੇ ਕਿ ਪੰਜਾਬੀ 'ਚ ਨਾਟਕ ਦੀ ਵਿਧਾ ਵਿਕਸਿਤ ਨਹੀਂ, ਪੰਜਾਬੀ 'ਚ ਨਾਟਕ ਦਾ ਵਿਕਾਸ ਨਹੀਂ ਹੋਇਆ। ਮੈਨੂੰ ਲੱਗਦਾ ਕਿ ਪੰਜਾਬੀ ਨਾਟਕ ਦਾ ਓਡਾ ਵੱਡਾ ਸੰਕਟ ਨਹੀਂ ਜਿੰਨੀ ਪੰਜਾਬੀ ਨਾਟਕ ਆਲੋਚਨਾ ਦਾ ਸੰਕਟ ਆ। ਜਿਸ ਨਾਟਕ ਨੂੰ ਅਸੀਂ ਰੋਮਾਂਚਕ ਸੁਖਾਂਤ ਕਹਿ ਕੇ ਉਹਦਾ ਭੋਗ ਪਾਉਂਦੇ ਰਹੇ, ਉਸ ਨਾਟਕ ਦੀ ਭੂਮਿਕਾ ਲਿਖਣ ਤੋਂ ਪ੍ਰਿੰਸੀਪਲ ਤੇਜਾ ਸਿੰਘ ਵਰਗਾ ਲਿਬਰਲ ਬੰਦਾ ਡਰ ਕੇ ਹੋ ਜਾਂਦਾ ਹੈ। ਸਿਰਫ ਇਸ ਕਰਕੇ ਨਹੀਂ ਕਿ ਉਹ ਨਾਟਕ ਸਾਡੀਆਂ ਸੱਭਿਆਚਾਰਕ ਤੇ ਸਦਾਚਾਰਕ ਮਰਿਆਦਾਵਾਂ ਦੇ ਖਿਲਾਫ਼ ਸੀ, ਤੇ ਤੇਜਾ ਸਿੰਘ ਨੇ ਕਿਹਾ ਕਿ ਨਹੀਂ ਇਹ ਤਾਂ ਇਸ਼ਕ ਰੋਮਾਂਸ ਦਾ ਨਾਟਕ ਆ, ਮੈਂ ਇਹਦੀ ਭੂਮਿਕਾ ਨਹੀਂ ਲਿਖਣ। ਗੱਲ ਸਿਰਫ ਇੰਨੀ ਨਹੀਂ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਉਸ ਨਾਟਕ ਦਾ ਜਿਹੜਾ ਮੈਂ ਬੱਚੇ ਬੈਠੇ ਨੇ ਬੱਚਿਆਂ ਨੂੰ ਸਮਝਾ ਲਿਆ ਨਿੱਕੀ ਜਿਹੀ ਗੱਲ ਕਿ ਉਸ ਨਾਟਕ ਦਾ ਜਿਹੜਾ ਰਾਜਾ ਆ ਪਹਿਲਾਂ ਇੱਕ ਸੋਹਣੀ ਕੁੜੀ ਤੇ ਮੋਹਿਤ ਹੋ ਜਾਂਦਾ, ਫਿਰ ਇੱਕ ਗੁਜਰੀ ਆਉਂਦੀ ਆ ਉਸ ਗੁਜਰੀ ਤੇ ਮੋਹਿਤ ਹੋ ਜਾਂਦਾ, ਗੁਜਰੀ ਨੂੰ ਵੀ ਮਹਿਲ ਵਿੱਚ ਲੈ ਆਉਂਦਾ, ਫਿਰ ਅਲਟੀਮੇਟ ਜਿਹੜੀ ਪਟਰਾਣੀ ਆ ਉਹ ਭੇਕ ਧਾਰ ਕੇ ਗੁਜਰੀ ਦਾ ਆਪਣੇ ਉਸ ਬੇਮੁੱਖ ਹੋਏ ਪਤੀ ਨੂੰ ਪਰ ਮੁੜ ਕੇ ਉਹਦੀ ਉਹ ਬਿਮਾਰੀ ਦਾ ਬਹਾਨਾ ਕਰਦਾ ਤੇ ਆਪਣੇ ਬੇਮੁੱਖ ਹੋਏ ਪਤੀ ਨੂੰ
ਉਹਦੇ ਦਿਲ ਦੀ ਗੱਲ ਸਮਝਾਉਂਦੀ ਹੈ ਤੇ ਫਿਰ ਉਹ ਤੋਬਾ ਕਰਦਾ ਤੇ ਮਾਫੀ ਮੰਗ ਲੈਂਦਾ। ਜਦੋਂ ਤੁਸੀਂ ਇਸ ਨਾਟਕ ਨੂੰ ਉਸ ਵੇਲੇ ਦੇ ਸਿਆਸੀ ਮੰਜ਼ਰ 'ਚ ਰੱਖ ਕੇ ਦੇਖਦੇ ਹਾਂ ਤਾਂ ਇੱਕ ਪਾਸੇ ਭਾਰਤੀ ਮੱਧ ਵਰਗ ਜਿਹੜਾ ਨਵੀਂ ਸਿੱਖਿਆ ਨਾਲ ਲੈਸ ਹੋਇਆ, ਜਿਹਦੇ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਆ, ਤੇ ਜਿਹੜਾ ਦੁਨੀਆਂ 'ਚ ਦੇਖ ਲਿਆ ਕਿ ਬਹੁਤ ਵੱਡੀ ਬਗਾਵਤ ਦੁਨੀਆਂ ਦੇ ਹਰ ਖਿੱਤੇ 'ਚ ਸਾਮਰਾਜ ਦੇ ਖਿਲਾਫ ਹੋ ਰਹੀ ਆ, ਜਿਹੜਾ ਸਾਮਰਾਜ ਤੋਂ ਮੁਕਤੀ ਚਾਹ ਰਿਹਾ ਹੈ। ਡਾਕਟਰ ਹਰਚਰਨ ਸਿੰਘ ਪੰਜਾਬੀ ਬੰਦੇ ਦੀ ਇਸ ਆਕਾਂਖਿਆ ਨੂੰ ਪੇਸ਼ ਕਿਵੇਂ ਕਰ ਰਹੇ ਨੇ ਸਾਡੇ ਆਪਣੇ ਸੱਭਿਆਚਾਰ 'ਚੋਂ ਬੈਠਾ ਫੜ ਲੈ ਕੇ ਕਿ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਆ ਅਸੀਂ ਨਵੀਂ ਸਿੱਖਿਆ ਨਾਲ ਲੈਸ ਹੋ ਰਹੇ ਹਾਂ, ਸਾਡੇ ਕਪਾਹ ਖੁੱਲ ਰਹੇ ਨੇ, ਅਸੀਂ ਦੁਨੀਆਂ ਦੇ ਨਾਲ ਵਾਹ ਵਾਸਤਾ ਪਾ ਕੇ ਚੱਜ ਨਾਲ ਜੀਣ ਦੀ ਸਾਡੇ 'ਚ ਉਮੰਗ ਪੈਦਾ ਹੋ ਰਹੀ ਆ, ਪਰ ਦੂਜੇ ਪਾਸੇ ਸਾਡੇ ਪੰਜਾਬ ਦੇ ਸੱਭਿਆਚਾਰ ਦਾ ਇੱਕ ਸੰਕਟ ਇਹ ਰਿਹਾ, ਸਾਡਾ ਵੱਡਾ ਦਬੰਧ ਇਹ ਰਿਹਾ ਕਿ ਸਾਨੂੰ ਅੰਗਰੇਜ਼ਾਂ ਨੇ ਕੁਝ ਹੱਦ ਤੱਕ ਮਾਡਰਨਾਈਜ਼ ਕੀਤਾ ਪਰ ਸਾਡੀ ਜਿਹੜੀ ਆਪਣੀ ਪਰੰਪਰਾ ਸੀ ਉਹ ਇੰਨੀ ਸਨਾਤਨੀ ਟੁੱਟਣ ਵਾਲੀ ਸੀ ਕਿ ਉਹਨੂੰ ਸਾਡਾ ਸਾਹ ਘੁੱਟਿਆ ਹੋਇਆ ਸੀ। ਮੈਨੂੰ ਲੱਗਦਾ ਕਿ ਇਹ ਜਿਹੜਾ ਨਾਟਕ ਆ ਸਾਡੀ ਉਸ ਪਰੰਪਰਾ ਦੀ ਘੁੱਟਣ ਅਤੇ ਨਵੀਂ ਸਿੱਖਿਆ ਨਾਲ ਪੰਜਾਬੀ ਬੰਦੇ ਦੇ ਮਨ 'ਚ ਪੈਦਾ ਹੋਣ ਉਮੰਗਾਂ ਨੇ ਇਹਦੇ ਦਬੰਧ ਨੂੰ ਹਰਚਰਨ ਸਿੰਘ ਨੂੰ ਹੀ ਪਕੜਨ ਦੀ ਕੋਸ਼ਿਸ਼ ਕਰਦੇ ਇਸ ਨਾਟਕ ਦੇ ਵਿੱਚ। ਨਾਲ ਨਾਲ ਮੈਂ ਦੇਖ ਲਿਆ ਕਿ ਡਾਕਟਰ ਚੰਦ ਸਿੰਘ ਦਾ ਆਪਣਾ ਪਿਛੋਕੜ ਮੱਧ ਵਰਗੀ ਆ ਅਤੇ ਪੰਜਾਬੀ ਮੱਧ ਵਰਗ ਤੋਂ ਵੱਡੇ ਸੁਪਨੇ ਵੀ ਲੈ ਰਿਹਾ ਸੀ। ਇਸ ਨਾਟਕ ਦੇ ਵਿੱਚ ਜਿਹੜਾ ਰਾਜਾ ਆ ਜਿਹੜੇ ਉਹਨੂੰ ਸੁਪਨੇ ਨੇ ਉਹ ਸਿਰਫ ਪੰਜਾਬੀ ਮੱਧ ਵਰਗ ਦੇ ਸੁਪਨੇ ਨੇ, ਪਰ ਦੂਜੇ ਪਾਸੇ ਜਿਹੜੀ ਸਾਡੀ ਆਪਣੀ ਭੂਮੀ ਆ, ਜਿਹੜੀ ਸਾਡੀ ਆਪਣੀ ਧਰਾਤਲ ਆ, ਜਿਹੜਾ ਸਾਡਾ ਆਪਣਾ ਸੱਭਿਆਚਾਰਕ ਪ੍ਰਸੰਗ ਆ, ਉਹ ਸਾਡੇ ਉਸ ਸੁਪਨਿਆਂ ਦੇ ਰਾਹ ਦੇ ਵਿੱਚ ਰੋੜਾ ਬਣਦਾ। ਸੋ ਮੈਨੂੰ ਲੱਗਦਾ ਕਿ ਇਸ ਨਾਟਕ ਦੇ ਵਿੱਚ ਸ਼ੁਰੂ ਤੋਂ ਹੀ ਹਰਚਰਨ ਸਿੰਘ ਪੰਜਾਬੀ ਸਮਾਜ ਨੂੰ ਪੇਸ਼ ਹੋ ਰਹੇ ਇੱਕ ਵੱਡੇ ਦਬੰਧ ਵੱਲ ਨੂੰ ਇਸ਼ਾਰੇ ਕਰ ਰਿਹਾ ਅਤੇ ਉਹਦੇ ਵੱਲ ਨੂੰ ਸੰਕੇਤ ਕਰ ਰਿਹਾ ਆਪਣੇ ਨਾਟਕਾਂ ਦੇ ਵਿੱਚ। ਨਾਲ ਨਾਲ ਮੈਂ ਦੇਖਦਾ ਕਿ ਹਰਚਰਨ ਸਿੰਘ ਦਾ ਜਿਹੜਾ ਵਿਜ਼ਨ ਆ ਉਹਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨੇ। ਇੱਕ ਪਾਸੇ ਸਾਡਾ ਕੌਮੀ ਸੁਤੰਤਰਤਾ ਸੰਗਰਾਮ ਆ, ਏਕਤਾ ਲਹਿਰ ਆ, ਪ੍ਰਗਤੀਸ਼ੀਲ ਲਹਿਰ ਆ ਅਤੇ ਪੰਜਾਬ ਦਾ ਜੁਝਾਰੂ ਸਿੱਖ ਵਿਰਸਾ ਆ ਜਿਹਦੇ ਤੋਂ ਬਹੁਤ ਪ੍ਰੇਰਨਾ ਲੈਂਦੇ ਨੇ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਥੀਏਟਰ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਉਹਦੇ ਤੋਂ ਵੀ ਉਹ ਬਹੁਤ ਕੁਝ ਹਾਸਲ ਕਰ ਰਹੇ ਨੇ, ਗ੍ਰਹਿਣ ਕਰ ਰਹੇ ਨੇ। ਖਾਸ ਤੌਰ ਦੇ ਵਿੱਚ ਜਦੋਂ ਦੇਖਦਾ ਕਿ ਇਸ ਦੌਰ 'ਚ ਤੀਵੀਆਂ ਦੇ ਵਿੱਚ ਸੰਸਾਰ ਪੱਧਰ 'ਤੇ ਜੋ ਕੁਝ ਵਾਪਰ ਰਿਹਾ ਸੀਗਾ, ਜੇ ਉਹਦੇ 'ਤੇ ਹਲਕੀ ਜਿਹੀ ਝਾਕ ਮਾਰ ਲਈਏ ਤਾਂ ਗੱਲ ਬਹੁਤ ਸਮਝ ਆ ਜਾਂਦੀ ਆ। ਇੱਕ ਪਾਸੇ ਵਰਖ ਹੈਗਾ ਕੇਸ਼ ਨੂੰ ਚਾਕ ਸੱਤ ਕੇ ਲਿਖਦੇ ਆ, ਮਦਦ ਕਰੇ ਨਾ ਤਾਂ ਨਾਟਕ ਲਿਖਦੇ ਆ, ਜਾਂ ਜੀਤ ਜਾ ਕੇ ਫਿਰ ਉਹ ਪਿਛਲੇ ਸਮੇਂ 'ਚ ਜਾ ਕੇ ਗੁੱਡ ਪਰਸਨ ਆਫ ਦਾ ਸਿਲੇਬਸ ਸੰਜੀਵਨ ਇਹ ਨਾਟਕ ਲਿਖਦੇ ਨੇ। ਸਾਰਤਕ ਦਾ ਮੱਖੀਆਂ ਸਾਹਮਣੇ ਆ ਗਿਆ, ਕਾਨੂੰਨ ਦਾ ਨਾਵਲ ਪਲੇਗ ਬਾਅਦ ਵਿੱਚ ਆਉਂਦਾ ਪਰ ਪਹਿਲਾਂ ਪਲੇਗ ਨਾਟਕ ਆਉਂਦਾ ਜਿਹਦੇ 'ਚ ਉਹ ਇਸ ਬਸਤੀਵਾਦੀ ਪ੍ਰਬੰਧ ਨੂੰ ਖਾਸ ਤੌਰ 'ਤੇ ਫਾਸ਼ੀਵਾਦ ਨੂੰ ਪਲੇਗ ਦੇ ਮੈਟਾਫਰ ਰਾਹੀਂ ਦਰਸਾਉਂਦੇ ਆ। ਲੋਕਾਂ ਦੇ ਅਸੀਂ ਨਾਟਕ ਦੇਖਦੇ ਹਾਂ, ਇਹ ਸਾਰਾ ਉਹ ਸਮਾਂ ਆ ਜਦੋਂ ਸੰਸਾਰ ਪੱਧਰ 'ਤੇ ਜਰਮਨ ਦੇ ਵਿੱਚ, ਸਪੇਨ ਦੇ ਵਿੱਚ, ਫਰਾਂਸ ਦੇ ਵਿੱਚ ਅਤੇ ਇਵਨ ਇੰਗਲੈਂਡ ਦੇ ਨਾਟਕਕਾਰ ਵੀ ਇਸ ਕਿਸਮ ਦੇ ਨਾਟਕ ਲਿਖ ਰਹੇ ਨੇ ਕਿ ਜਿਹਦੇ 'ਚ ਉਹ ਖਾਸ ਤੌਰ 'ਤੇ ਬਸਤੀਵਾਦ ਨੂੰ ਅਤੇ ਬਸਤੀਵਾਦ ਦੀ ਜਕੜ ਤੋਂ ਲੋਕ ਜਿਹੜੇ ਲੜਾਈ ਲੈ ਰਹੇ ਨੇ ਉਹਨੂੰ ਪੇਸ਼ ਕਰ ਰਹੇ ਨੇ। ਅਤੇ ਬੜੀ ਹੈਰਾਨੀ ਦੀ ਗੱਲ ਹੁੰਦੀ ਆ ਕਿ ਇਸ ਪੜਾਅ 'ਤੇ ਡਾਕਟਰ ਹਰਚਰਨ ਸਿੰਘ ਦਾ ਇਹਨਾਂ ਨਾਟਕਕਾਰਾਂ 'ਚੋਂ ਕਿਸੇ ਨਾਲ ਕੋਈ ਵਾਹ ਵਾਸਤਾ ਨਹੀਂ, ਕਿਉਂਕਿ ਮੈਂ ਉਹਨਾਂ ਦੀ ਸਾਹਿਤ ਸਰਜੀਵ ਨੂੰ ਪੜ੍ਹ ਰਿਹਾ, ਬੜੀ ਜਿੱਦਾਂ ਦੇਖਿਆ ਕਿ ਡਾਕਟਰ ਸਾਹਿਬ ਕੋਈ ਇਸ਼ਾਰਾ ਨਹੀਂ ਕਰਦੇ, ਪਰ ਕਿੰਨੀ ਸਾਂਝ ਹੁੰਦੀ ਆ
ਕਿ ਦੁਨੀਆਂ ਭਰ ਦੇ ਲੇਖਕ ਕਲਾਕਾਰ ਕਿਸੇ ਇੱਕ ਖਾਸ ਸਮਾਜਿਕ ਵਰਤਾਰੇ ਬਾਰੇ ਆਪਣੇ ਆਪਣੇ ਖਿੱਤੇ 'ਚ ਬੈਠੇ ਲਗਭਗ ਇੱਕੋ ਜਿਹਾ ਸੋਚ ਰਹੇ ਹੁੰਦੇ ਆ। ਇਸੇ ਸਮੇਂ 'ਤੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਡਾਕਟਰ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਂ ਜਲੰਧਰ ਪੜ੍ਹਦਾ ਸੀ ਉੱਥੇ ਪਾਰਸੀ ਡਾਕਟਰ ਕੰਪਨੀਆਂ ਆਉਂਦੀਆਂ ਸੀ, ਉੱਥੇ ਹੀ ਉਹਨੇ ਪਹਿਲੀ ਵਾਰ ਸੁਭਦਰਾ ਦੇਖਿਆ, ਨੰਦਾ ਸਾਹਿਬ ਦੀ ਆਪਣੀ ਟੀਮ ਦੁਆਰਾ ਖੇਡਿਆ ਗਿਆ। ਪਰ ਕੁਛ ਤੱਥ ਮਿਲੇ ਨੇ ਸਾਨੂੰ ਕਿ ਪਾਰਸੀ ਥੀਏਟਰ ਕੰਪਨੀਆਂ ਕੇਵਲ ਮਨੋਰੰਜਨ ਦੇ ਨਾਟਕ ਨਹੀਂ ਸੀ ਕਰ ਰਹੀਆਂ, ਹਿੰਦੁਸਤਾਨ ਦੇ ਵੱਖਰੇ ਵੱਖਰੇ ਖਿੱਤਿਆਂ 'ਚ ਪਾਰਸੀ ਥੀਏਟਰ ਕੰਪਨੀਆਂ ਦੇ ਬਦਲ ਵਜੋਂ ਸਾਡੇ ਆਪਣੇ ਸਥਾਨਕ ਕਲਾਕਾਰਾਂ ਨੇ ਜਿਹਨਾਂ ਨਟੰਕੀ ਕੰਪਨੀਆਂ ਬਣਾਈਆਂ ਉਹਨਾਂ 'ਚ ਕੁਝ ਨਾਟਕ ਸਾਨੂੰ ਇਹੋ ਜਿਹੇ ਮਿਲ ਜਾਂਦੇ ਆ ਕਿ ਜਿਹੜੇ ਸਿੱਧੇ ਦੇ ਸਿੱਧੇ ਹਿੰਦੁਸਤਾਨ ਦੇ ਕੌਮੀ ਸੰਘਰਸ਼ ਨਾਲ ਜੁੜੇ ਹੋਏ ਨੇ। ਮੇਰੇ ਕੋਲ ਦੋ ਤਿੰਨ ਨਾਮ ਨੇ, ਕ੍ਰਿਸ਼ਨ ਪਹਿਲਵਾਨ ਦੀ ਨਟੰਕੀ ਕੰਪਨੀ ਜਲਿਆਂ ਵਾਲੇ ਬਾਗ ਵਾਲੇ ਇੱਕ ਨਟੰਕੀ ਖੇਡਦੀ ਆ ਖੂਨੀ ਨਾਹਕ, ਇਸੇ ਤਰ੍ਹਾਂ ਉਸੇ ਕ੍ਰਿਸ਼ਨ ਪਹਿਲਵਾਨ ਦੀ ਜਿਹੜੀ ਕੰਪਨੀ ਹੈਗੀ ਆ ਸ਼ਹੀਦ ਭਗਤ ਸਿੰਘ ਵਾਲੇ ਇੱਕ ਨਟੰਕੀ ਖੇਡਦੀ ਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨੋਹਰ ਲਾਲ ਸ਼ੁਕਲ ਦੀ ਜਿਹੜੀ ਨਟੰਕੀ ਕੰਪਨੀ ਆ ਉਹ ਖੂਨੀ ਦਾਇਰ ਨਾਲ ਨਾਟਕ ਖੇਡ ਰਹੀ ਆ। ਤ੍ਰੀ ਮੋਹਨ ਦੀ ਨਟੰਕੀ ਕੰਪਨੀ ਜਿਹੜੀ ਕਾਨਪੁਰ ਬੜੀ ਪਾਪੂਲਰ ਸੀ, ਬਹਾਦਰ ਲੜਕੀ ਨਾਂ ਦਾ ਦੀ ਨਟੰਕੀ ਖੇਡਦੀ ਹੈ। ਅਤੇ 1907 ਦੇ ਵਿੱਚ ਹਾਲਾਂਕਿ ਉਦੋਂ ਪ੍ਰੈਸ ਐਕਟ ਆਫ ਇੰਡੀਆ ਨਹੀਂ ਬਣਿਆ, ਪ੍ਰੈਸ ਐਕਟ ਆਫ ਇੰਡੀਆ ਜਾ ਕੇ 1909-10 ਦੇ ਵਿੱਚ ਬਣਦਾ ਆ। 1907 ਦੇ ਵਿੱਚ ਉਸ ਨਾਟਕ ਕੰਪਨੀ ਨੂੰ ਕਾਨਪੁਰ ਚੋਂ ਕੱਢ ਦਿੱਤਾ ਜਾਂਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਪਾਰਸੀ ਥੀਏਟਰ ਦਾ ਉਹ ਰੂਪ ਸੀ ਜਿਹੜਾ ਕੇਵਲ ਮਨੋਰੰਜਨ ਕਰ ਰਿਹਾ ਸੀ, ਅਤੇ ਦੂਜੇ ਪਾਸੇ ਪਾਰਸੀ ਥੀਏਟਰ ਦੇ ਨਾਲ ਨਾਲ ਹਿੰਦੁਸਤਾਨ ਦੇ ਵੱਖਰੇ ਵੱਖਰੇ ਖਿੱਤਿਆਂ 'ਚ ਜਿਹੜੀ ਸਾਡਾ ਕੌਮੀ ਸੁਤੰਤਰਤਾ ਸੰਗਰਾਮ ਆ ਉਹ ਅਜਿਹੀਆਂ ਨਕਲਪੀ ਕੰਪਨੀਆਂ ਰਾਹੀਂ ਆਮ ਲੋਕਾਂ ਦਾ ਜਿਹੜਾ ਆਕਰੋਸ਼ ਆ ਜਾਂ ਆਮ ਲੋਕਾਂ ਦਾ ਜਿਹੜਾ ਪ੍ਰਤੀਰੋਧ ਆ ਉਹਨੂੰ ਵੀ ਉਹ ਬਿਆਨ ਕਰ ਰਹੇ ਨੇ। ਅਤੇ ਮੈਨੂੰ ਇਸੇ ਕਰਕੇ ਲੱਗਦਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਡਾਕਟਰ ਸਾਹਿਬ ਕੋਲ ਸੋ ਹੋਏਗੀ ਇਸ ਸਾਰੇ ਕੰਮ ਦੀ, ਅਤੇ ਉਹ 1939 ਦੇ ਵਿੱਚ 1936 ਦੇ ਵਿੱਚ ਰਾਜਾ ਕੋਰਸ ਲਿਖਦੇ ਨੇ, ਹਿਸਟੋਰੀਕਲ ਨਾਟਕ ਆ। ਡਾਕਟਰ ਸਾਹਿਬ ਦੇ ਇਤਿਹਾਸ ਮਿਲਣ ਬਾਰੇ ਮੈਂ ਬਾਅਦ 'ਚ ਗੱਲ ਕਰਾਂਗਾ, ਪਰ ਉਦੋਂ ਡਾਕਟਰ ਸਾਹਿਬ ਦਾ ਮਨੋਰਥ ਕੀ ਆ। 1938 ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ 1938 'ਚ ਡਾਕਟਰ ਸਾਹਿਬ ਇੱਕ ਸਾਡੇ ਕੌਮੀ ਹੀਰੋ ਨੂੰ ਬਿਆਨ ਕਰ ਰਹੇ ਨੇ, ਉਹਦੀ ਬਹਾਦਰੀ ਬਿਆਨ ਕਰ ਰਹੇ ਨੇ। ਅਤੇ ਪ੍ਰਸੰਗ ਕੀ ਆ, 1938 'ਚ ਜੇ ਸੈਕਿੰਡ ਵਰਲਡ ਵਾਰ ਸ਼ੁਰੂ ਨਹੀਂ ਹੋਈ, ਸੈਕਿੰਡ ਵਰਲਡ ਵਾਰ ਦਾ ਖਤਰਾ ਸਾਡੇ ਸਿਰ 'ਤੇ ਮੰਡਰਾ ਲਿਆ, ਅਤੇ ਨਾਲ ਦੀ ਨਾਲ ਹਿੰਦੁਸਤਾਨ ਦੇ ਮੱਧ ਵਰਗ ਦਾ ਇੱਕ ਬਹੁਤ ਵੱਡਾ ਹਿੱਸਾ, ਖਾਸ ਤੌਰ 'ਤੇ ਪੰਜਾਬੀ ਮੱਧ ਵਰਗ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਅੰਗਰੇਜ਼ਾਂ ਦੀਆਂ ਆਰਥਿਕ ਨੀਤੀਆਂ ਪ੍ਰਤੀ ਬਹੁਤ ਸਹਾਨੁਭੂਤੀ ਰੱਖਦਾ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਅੰਗਰੇਜ਼ ਸਾਡੇ ਲਈ ਵਿਕਾਸ ਲੈ ਕੇ ਆਏ ਆ। ਇਹ 'ਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ਾਂ ਨੇ 1849 'ਚ ਪੰਜਾਬ ਦੀ ਐਨੈਕਸੇਸ਼ਨ ਤੋਂ ਬਾਅਦ ਅੰਗਰੇਜ਼ ਪੰਜਾਬ ਦੇ ਪੂਰੇ ਦੇ ਪੂਰੇ ਇੰਫਰਾਸਟ੍ਰਕਚਰ ਨੂੰ ਬਦਲਦੇ ਆ, ਔਰ ਅੰਗਰੇਜ਼ਾਂ ਦਾ 1859 ਦੇ ਵਿੱਚ ਪੰਜਾਬ ਸਿੱਧਾ ਬਰਤਾਨਵੀ ਪਾਰਲੀਮੈਂਟ ਦੇ ਅਧੀਨ ਹੋ ਜਾਂਦਾ ਆ। 1859 ਤੋਂ ਲੈ ਕੇ 1907 ਤੱਕ ਅੰਗਰੇਜ਼ ਕਈ ਕਿਸਮ ਦੇ ਬੰਦੋਬਸਤ ਕਰਦੇ ਆ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਪੰਜਾਬ ਨੂੰ ਇੱਕ ਨਵਾਂ ਕਿਸਮ ਦਾ ਸਟਰਕਚਰ ਦਿੰਦੇ ਆ, ਨਹਿਰਾਂ ਦਾ ਜਾਲ, ਸੜਕਾਂ ਦਾ ਜਾਲ, ਔਰ ਖਾਸ ਕਰਕੇ ਪੰਜਾਬ ਦੀ ਜਿਹੜੀ ਖੇਤੀਯੋਗ ਜ਼ਮੀਨ ਸੀ ਜਿਹੜਾ ਬਹੁਤ ਵੱਡਾ ਜੰਗਲ ਸੀ ਉਹ ਕੱਟ ਕੇ ਸਫਾਈ ਕਰਕੇ ਉਹਨੂੰ ਖੇਤੀਯੋਗ ਜ਼ਮੀਨ ਬਣਾਉਂਦੇ ਆ, ਪੰਜਾਬੀ ਬੰਦੇ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਉਂਦਾ ਹੈ। ਅਤੇ ਜਦੋਂ ਪੰਜਾਬੀ ਬੰਦੇ ਨੂੰ ਸੁੱਖ ਦਾ ਸਾਹ ਆਉਂਦਾ ਆ ਤਾਂ ਇਹ ਕੁਦਰਤੀ ਸੀ ਕਿ ਪੰਜਾਬੀ ਮੱਧ ਵਰਗ ਦਾ ਇੱਕ ਹਿੱਸਾ ਜਿਹਨੇ ਅੰਗਰੇਜ਼ ਭਗਤ ਹੋਣੇ ਸੀ
ਨਤੀਜੇ ਵਜੋਂ ਅਸੀਂ ਦੇਖਦੇ ਹਾਂ ਭਾਈ ਵੀਰ ਸਿੰਘ ਤੋਂ ਲੈ ਕੇ ਕਰਪੂਰ ਸਿੰਘ ਪੂਰੂ ਸਿੰਘ ਤੱਕ ਜਾਂ ਮੋਹਨ ਪ੍ਰੋਫੈਸਰ ਮੋਹਨ ਸਿੰਘ ਤੱਕ ਅਸੀਂ ਉਹ ਦੇਖਦੇ ਹਾਂ ਕਿ ਪੰਜਾਬੀ ਭਾਈਚਾਰੇ ਦਾ ਇੱਕ ਹਿੱਸਾ ਉਹ ਸੀ ਜਿਹੜਾ ਅੰਗਰੇਜ਼ਾਂ ਦੀਆਂ ਆਰਥਿਕ ਨੀਤੀਆਂ ਨੂੰ ਸਲਾਹ ਰਿਹਾ ਸੀ ਪਰ ਅੰਗਰੇਜ਼ਾਂ ਦੀਆਂ ਸੱਭਿਆਚਾਰਕ ਨੀਤੀਆਂ ਤੋਂ ਡਰ ਰਿਹਾ ਸੀ। ਉਹੀ ਸਾਡੀ ਮੱਧਵਰਗੀ ਜਮਾਤ ਸੀ ਦੀ ਰਿਪ੍ਰੈਜੈਂਟੇਸ਼ਨ ਭਾਈ ਵੀਰ ਸਿੰਘ ਕਰ ਰਿਹਾ। ਭਾਈ ਵੀਰ ਸਿੰਘ ਹੁਣ ਉਦੋਂ ਅੰਗਰੇਜ਼ਾਂ ਦੇ ਖਿਲਾਫ ਹੁੰਦੇ ਆ ਬਹੁਤਾ ਜਦੋਂ ਪੰਜਾਬ ਦੇ ਕੁਝ ਸਿੱਖ ਪਰਿਵਾਰਾਂ ਦੇ ਮੁੰਡੇ ਈਸਾਈ ਬਣਨ ਲੱਗਦੇ ਆ। ਸੋ ਦੋ ਤਰ੍ਹਾਂ ਦਾ ਪੰਜਾਬੀ ਮੱਧ ਵਰਗ ਆ। ਮੈਂ ਸਮਝਦਾ ਕਿ ਪੰਜਾਬੀ ਮੱਧ ਵਰਗ ਦੇ ਬਰਤਾਨਵੀ ਬਸਤੀਵਾਦ ਨੂੰ ਹੰਗਾਰੇ ਦੋ ਕਿਸਮ ਦੇ ਨੇ। ਇੱਕ ਸਾਡਾ ਸ਼ਹਿਰੀ ਮੱਧ ਵਰਗ ਵਾਲਾ ਮੱਧ ਵਰਗ ਆ ਜਿਹੜਾ ਨਵਾਂ ਨਵਾਂ ਅਮੀਰ ਹੋਇਆ ਨਵੇਂ ਨਵੇਂ ਸੰਸਾਰ ਉਹਨਾਂ ਨੂੰ ਮਿਲ ਰਹੇ ਨੇ ਤੇ ਉਹ ਸੋਚ ਰਹੇ ਨੇ ਕਿ ਅੰਗਰੇਜ਼ ਵਿਕਾਸ ਕਰਨਗੇ ਵਿਕਾਸ ਦੇ ਜੰਗ ਨੇ। ਔਰ ਇਹੀ ਕਾਰਨ ਸੀ ਕਿ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਗੁਰਦੁਆਰਿਆਂ 'ਚ ਅਰਦਾਸਾਂ ਕਰਦਾ ਹੁੰਦਾ ਸੀਗਾ ਕਿ ਯੁੱਗ ਯੁੱਗ ਹੋਵੇ ਰਾਜ ਸਵਾਇਆ ਟੋਪੀ ਵਾਲੇ ਦਾ। ਤੇ ਦੂਜੇ ਪਾਸੇ ਸਿੱਖ ਸਮਾਜ ਦਾ ਇੱਕ ਹਿੱਸਾ ਉਹ ਵੀ ਆ ਜਾਂ ਇਹ ਕਹਿੰਦੇ ਕਿ ਜਿਹੜੀਆਂ ਪੰਜਾਬ ਦੀਆਂ ਸੱਭਿਆਚਾਰਕ ਪੁਨਰਜਾਗਰਣ ਦੀਆਂ ਲਹਿਰਾਂ ਨੇ ਉਹ ਦੋ ਰੁੱਖ ਤਿਆਰ ਕਰ ਲੈਂਦੀਆਂ ਨੇ। ਅਸੀਂ ਦੇਖਦੇ ਹਾਂ ਕਿ ਜਦੋਂ ਨਾਮਧਾਰੀ ਲਹਿਰ ਨੂੰ ਪੁੱਟਣਾ ਸੀ ਤਾਂ ਸਿੱਖ ਸਭਾ ਲਹਿਰ ਨੂੰ ਫੰਡਿਤ ਕਰਦੀ ਆ ਬਰਤਾਨਵੀ ਸਰਕਾਰ, ਤੇ ਜਦੋਂ ਸਿੱਖ ਸਭਾ ਲਹਿਰ ਦੇ ਵਿੱਚ ਬਗਾਵਤ ਦੀ ਸੁਰ ਆਉਂਦੀ ਆ ਤਾਂ ਉਹਨਾਂ ਦੇ ਮੁਕਾਬਲੇ ਤੇ ਅੰਮ੍ਰਿਤਸਰ ਵਾਲੀ ਸਿੱਖ ਸਭਾ ਦੇ ਮੁਕਾਬਲੇ ਤੇ ਲਾਹੌਰ ਵਾਲੀ ਸਿੱਖ ਸਭਾ ਬਣਦੀ ਆ, ਇਸ ਤਰ੍ਹਾਂ ਚੀਫ ਖਾਲਸਾ ਦੀਵਾਨ ਬਣਦਾ ਆ। ਇਹਨਾਂ ਲਹਿਰਾਂ ਦੀ ਭੂਮਿਕਾ ਬਾਰੇ ਮੈਂ ਵਿਸਥਾਰ ਨਹੀਂ ਜਾਣਾ। ਦਮੋਦਰ ਨੂੰ ਕੇ ਦਮੋਦਰ ਦੀ ਬਹੁਤ ਵਧੀਆ ਟਿੱਪਣੀ ਆ, ਉਹ ਇਹ ਕਹਿੰਦੇ ਆ ਕਿ ਇਹਨਾਂ ਲਹਿਰਾਂ ਨੇ ਇਹ ਪੁਨਰਜਾਗਰਣ ਦੀਆਂ ਲਹਿਰਾਂ ਨੇ ਇੱਕ ਪੜਾਅ ਤੇ ਸਾਡੀ ਕੌਮੀ ਸੁਤੰਤਰਤਾ ਸੰਗਰਾਮ ਨੂੰ ਸਮਰਥਨ ਕੀਤਾ ਤੇ ਦੂਜੇ ਪੜਾਅ ਤੇ ਜਦੋਂ ਅਸੀਂ ਆਪਸ ਵਿੱਚ ਲੜਨਾ ਸ਼ੁਰੂ ਹੋਇਆ ਤਾਂ ਇਹਨਾਂ ਨੇ ਸਾਡੀ ਕੌਮੀ ਸੁਤੰਤਰਤਾ ਸੰਗਰਾਮ ਨੂੰ ਕਮਜ਼ੋਰ ਵੀ ਕੀਤਾ। ਨਤੀਜੇ ਵਜੋਂ ਪੰਜਾਬੀ ਮੱਧ ਵਰਗ ਦਾ ਇੱਕ ਹਿੱਸਾ ਐਸਾ ਸੀ ਕਿ ਜਿਹੜਾ ਅੰਗਰੇਜ਼ਾਂ ਦੇ ਹੱਕ 'ਚ ਖੁੱਲ੍ਹ ਖੁੱਲ੍ਹਾ ਬੋਲਦਾ ਸੀ। ਪਰ ਡਾਕਟਰ ਹਰਚੰਦ ਸਿੰਘ ਹੋਣਾਂ ਦਾ ਨਾਟਕ ਉਸ ਧਰਮ ਨੂੰ ਰੀਪ੍ਰਜੈਂਟ ਕਰ ਰਿਹਾ ਕਿ ਜਿਹੜੇ ਬਰਤਾਨਵੀ ਸਾਮਰਾਜ ਦੇ ਖਾਸੇ ਨੂੰ ਸਮਝ ਰਹੇ ਸੀ ਤੇ ਉਹ ਇਹ ਸਮਝ ਰਹੇ ਸੀਗਾ ਕਿ ਬਰਤਾਨਵੀ ਸਾਮਰਾਜ ਸਾਡੇ ਮਨੁੱਖੀ ਹਕੂਕ ਦੀ ਉਲੰਘਣਾ ਕਰ ਰਿਹਾ ਆ ਤੇ ਬਰਤਾਨਵੀ ਸਾਮਰਾਜ ਇੱਕ ਐਸਾ ਸਰਮਾਏਦਾਰੀ ਨਿਜ਼ਾਮ ਇਹਨਾਂ ਨੇ ਸਥਿਰ ਦਿੱਤਾ ਜਿਹੜਾ ਸਰਮਾਏਦਾਰੀ ਨਿਜ਼ਾਮ ਪੰਜਾਬ ਦੇ ਜਾਂ ਆਮ ਲੋਕਾਂ ਦੇ ਹੱਕ 'ਚ ਨਹੀਂ ਹੋ ਸਕਦਾ। ਇਸ ਕਰਕੇ ਇਹ ਸਾਡੇ ਕੌਮੀ ਹੀਰੋ ਨੂੰ ਚੁਣਦੇ ਨੇ ਰਾਜਾ ਕੋਸ ਨੂੰ। ਹਾਲਾਂਕਿ ਉਸ ਨਾਟਕ ਦੇ ਵਿੱਚ ਬਹੁਤ ਹੀ ਗੁਜਾਇਸ਼ ਨਹੀਂ, ਉਸ ਕਿਸਮ ਦਾ ਮੁੱਢਲੀ ਪੜਾਅ ਦਾ ਨਾਟਕ ਹੋਣ ਕਰਕੇ ਉਸ ਕਿਸਮ ਦੀ ਗੁਜਾਇਸ਼ ਨਹੀਂ ਕਿ ਉਹ ਇਤਿਹਾਸ ਨੂੰ ਦੇਖਦੇ। ਪਰ ਮੈਂ ਸਮਝਦਾ ਕਿ ਖਾਸ ਤੌਰ 'ਤੇ ਬਰਤਾਨਵੀ ਸਾਮਰਾਜ ਦਾ ਇੱਥੇ ਆਉਣਾ ਉਹ ਕੇਵਲ ਰਾਜਨੀਤਿਕ ਤਬਦੀਲੀ ਨਹੀਂ ਸੀ, ਇਹ ਇੱਕ ਵੱਡੀ ਸੱਭਿਆਚਾਰਕ ਅਤੇ ਆਰਥਿਕ ਤਬਦੀਲੀ ਵੀ ਨਾਲ ਲੈ ਕੇ ਆਉਂਦਾ ਹੈ। ਜਦੋਂ ਅਸੀਂ ਸਮੰਤੀ ਪ੍ਰਬੰਧ ਤੋਂ ਬਿਲਕੁਲ ਇੱਕਦਮ ਸਾਡੇ ਉੱਤੇ ਠੋਸ ਦਿੱਤਾ ਜਾਂਦਾ ਭਾਵਾਂ, ਹਾਲਾਂਕਿ ਅਸੀਂ ਇਹ ਕਹਿੰਦੇ ਹਾਂ ਕਿ ਹਿੰਦੁਸਤਾਨ ਦੀ ਸਮੰਤੀ ਵਿਵਸਥਾ ਨੇ ਆਪਣੀਆਂ ਅੰਦਰੂਨੀ ਕੰਟਰਡਿਕਸ਼ਨ ਦੇ ਵਿਕਸਿਤ ਹੋਣ ਤੋਂ ਬਾਅਦ ਬਦਲਣਾ ਸੀ ਪੂੰਜੀਵਾਦੀ ਨਿਜ਼ਾਮ ਵਿੱਚ, ਪਰ ਉਹ ਨਹੀਂ ਹੁੰਦਾ। ਸਾਡੇ 'ਤੇ ਇੱਕਦਮ ਬਾਹਰੋਂ ਅਰੋਪਿਤ ਕਰ ਦਿੱਤਾ ਗਿਆ ਪੂੰਜੀਵਾਦੀ ਨਿਜ਼ਾਮ। ਜਦੋਂ ਪੰਜਾਬ ਦੀ ਆਰਥਿਕਤਾ ਬਦਲਦੀ ਆ, ਸਾਡੇ ਉਤਪਾਦਨ ਦੀਆਂ ਵਿਧੀਆਂ ਬਦਲਦੀਆਂ ਅਤੇ ਉਤਪਾਦਨ ਰਿਸ਼ਤੇ ਬਦਲਦੇ ਆ, ਉਹਦੇ ਨਾਲ ਬਹੁਤ ਟੁੱਟ ਭੱਜ ਹੋਣੀ ਸੀ। ਇਸ ਟੁੱਟ ਭੱਜ ਨੂੰ ਪੰਜਾਬੀ ਦਾ ਮੁੱਢਲਾ ਨਾਟਕ ਵੀ ਰੀਪ੍ਰਜੈਂਟ ਕਰ ਰਿਹਾ ਸੀਗਾ, ਖਾਸ ਤੌਰ 'ਤੇ ਡਾਕਟਰ ਸਾਹਿਬ ਦਾ ਜਿਹੜਾ ਨਾਟਕ ਸੀਗਾ ਰਾਜਾ ਕੋਸ ਵਾਲੇ। ਇਹਦੇ ਨਾਲ ਨਾਲ ਮੈਂ ਦੇਖ ਲਿਆ ਵੀ ਬਸਤੀਵਾਦ ਵਿਰੁੱਧ ਦੋ ਕਿਸਮ ਦੇ ਨਾਟਕ ਲਿਖ ਰਹੇ ਨੇ ਡਾਕਟਰ ਸਾਹਿਬ। ਇੱਕ ਨਾਟਕ ਉਹਨਾਂ ਦਾ ਸ਼ੁਰੂ ਦੀ 1940 ਦੇ ਆਸ ਪਾਸ ਦੀ ਉਹਨਾਂ ਦੀ ਇੱਕ ਅਕਾਂਗੀ ਆ ਮਨ ਦੀਆਂ ਮਨ ਵਿੱਚ, ਤੇ ਨਾਲ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਇਸੇ ਸਮੇਂ 'ਚ ਉਹ ਅੰਜੋਰ ਨਾਟਕ ਲਿਖ ਰਹੇ ਨੇ, ਕਮਲਾ ਕੁਮਾਰੀ ਨਾਟਕ ਲਿਖ ਰਹੇ ਨੇ, ਖੇਡਣ ਦੇ ਦਿਲ ਚਾਰ।
ਮੈਂ ਕਮਲਾ ਕੁਮਾਰੀ ਦਾ ਸੰਕੇਤ ਕਰਿਆ ਪਿੱਛੇ ਖੇਡਣ ਦੇ ਦਿਨ ਚਾਰ ਵਿੱਚ ਵੀ ਇਸੇ ਕਿਸਮ ਦੀ ਸੁਰ ਭਰਦੀ ਆ ਕਿ ਪੰਜਾਬੀ ਬੰਦੇ ਦੇ ਮਨ 'ਚ ਇਸ ਜ਼ਿੰਦਗੀ ਨੂੰ ਰੱਜ ਕੇ ਗੱਜ ਵੱਜ ਕੇ ਮਨਾਉਣ ਦੀ ਇੱਛਾ ਪੈਦਾ ਹੁੰਦੀ ਆ, ਉਹਨੂੰ ਪੰਜਾਬੀ ਨਾਟਕ ਕਿਵੇਂ ਪਕੜਦਾ ਆ। ਮੰਦੀਆਂ ਮਨ ਵਿੱਚ ਮੈਂ ਸਮਝਦਾ ਕਿ ਬਹੁਤ ਸਫਲ ਅਕਾਂਗੀ ਆ ਡਾਕਟਰ ਸਾਹਿਬ ਦੀ, ਮੰਦੀਆਂ ਮਨ ਅਕਾਂਗੀ ਦੇ ਵਿੱਚ ਹੋ ਕੀ ਰਿਹਾ ਹੈ ਕਿ ਅੰਬੋ ਇੱਕ ਐਸੇ ਨਿਖੱਟੂ ਬੰਦੇ ਨਾਲ ਵਿਆਹੀ ਜਾਂ ਕਰਮੇ ਨਾਲ ਜਿਹੜਾ ਉਹਨੂੰ ਛੱਡ ਕੇ ਚੱਲ ਜਾਂਦਾ, ਉਹ ਇਕੱਲੀ ਬੱਚਾ ਪਾਲਦੀ ਆ, ਸ਼ੇਰੂ ਉਹਦੀ ਮਦਦ ਕਰਦਾ ਆ, ਸ਼ੇਰੂ ਪ੍ਰਤੀ ਅਟਰੈਕਟ ਹੁੰਦੀ ਆ, ਸ਼ੇਰੂ ਨਾਲ ਵਿਆਹ ਕਰਨਾ ਚਾਹੁੰਦੀ ਆ, ਪਰਿਵਾਰ ਸਹਿਮਤ ਹੋ ਜਾਂਦਾ ਨਨਾਣ ਨੂੰ ਛੱਡ ਕੇ, ਲੰਬੜਦਾਰ ਸਹਿਮਤ ਹੋ ਜਾਂਦਾ, ਪਰ ਜਦੋਂ ਵਿਆਹ ਹੋਣ ਲੱਗਦਾ ਆ ਤਾਂ ਅਚਾਨਕ ਕਰਮਾ ਆ ਜਾਂਦਾ ਹੈ। ਹੁਣ ਡਾਕਟਰ ਦੇਖਣ ਨੂੰ ਬੜਾ ਸਰਲ ਜੀ ਅਕਹਿਰੀ ਵਰਤਾਂਤ ਵਾਲਾ ਅਕਾਂਗੀ ਲੱਗਦਾ ਆ, ਪਰ ਇਸ ਡਾਕਟਰ ਦੇ ਵਿੱਚ ਜਿਹੜਾ ਤੁਸੀਂ ਥੋੜ੍ਹਾ ਜਿਹਾ ਡੂੰਘੇ ਉਤਰੋ, ਅੰਬੋ ਕੌਣ ਆ? ਅੰਬੋ ਸਾਡੇ ਭਾਰਤੀ ਮੱਧ ਵਰਗ ਦਾ ਉਹ ਹਿੱਸਾ ਆ ਜਿਹੜਾ ਇਹਨਾਂ ਸਨਾਤਨੀ ਬੰਦਸ਼ਾਂ ਤੋਂ ਤੇ ਦੂਜੇ ਪਾਸੇ ਬਰਤਾਨਵੀ ਸਾਮਰਾਜ ਦੀ ਸਿਆਸੀ ਬੰਦਸ਼ ਤੋਂ ਮੁਕਤ ਹੋਣਾ ਚਾਹੁੰਦਾ ਆ, ਔਰ ਉਹਦੇ ਮੁਕਤ ਹੋਣ ਦੇ ਆਸਾਰ ਵੀ ਬਣ ਰਹੇ ਨੇ, ਪਰਿਵਾਰ ਸਹਿਮਤ ਹੋ ਰਿਹਾ, ਹਿੰਦੁਸਤਾਨ ਦਾ ਵੱਡਾ ਹਿੱਸਾ ਇਸ ਗੱਲ ਤੇ ਸਹਿਮਤ ਹੋ ਰਿਹਾ। ਪਰ ਨਾਟਕ ਵਿੱਚ ਵਾਪਰਦਾ ਕੀ ਆ ਕਿ ਅਚਾਨਕ ਕਾਬੂ ਆ ਜਾਂਦਾ ਆ। ਤਲਾਕ ਦੀ ਵਿਵਸਥਾ ਵੀ ਸੀ, ਡਾਕਟਰ ਸਾਹਿਬ ਆਪਣੇ ਯਾਦ ਕਹਿੰਦੇ ਆ ਕਿ ਮੇਰੇ ਇਸ ਨਾਟਕ ਤੋਂ 15 ਸਾਲ ਬਾਅਦ ਤਲਾਕ ਦੀ ਦੁਨੀਆ ਦਾ ਤਲਾਕ ਦਾ ਕਾਨੂੰਨ ਬਣਦਾ ਹਿੰਦੁਸਤਾਨ 'ਚ। ਹੁਣ ਨਾਟਕ ਦੇ ਵਿੱਚ ਗੁਰੂ ਹਰਚਰਨ ਸਿੰਘ ਜੀ ਇੱਕ ਸਿਆਸੀ ਮਸਲੇ ਨੂੰ ਸੱਭਿਆਚਾਰਕ ਇਹਦੇ ਵਿੱਚ ਪ੍ਰਗਟਾ ਰਹੇ ਨੇ, ਔਰ ਬੜੀ ਖੂਬਸੂਰਤੀ ਨਾਲ ਪ੍ਰਗਟਾ ਰਹੇ ਨੇ। ਮਸਲਾ ਸਿਆਸੀ ਆ ਕਿ ਭਾਰਤੀ ਜਨਤਾ ਅੰਗਰੇਜ਼ ਤੋਂ ਮੁਕਤ ਕਿਵੇਂ ਹੋਵੇ, ਕਰਮੂ ਵਰਗੇ ਦੁਖੱਟੂਆਂ ਤੋਂ ਅੰਬੋ ਵਰਗੀਆਂ ਕੁੜੀਆਂ ਮੁਕਤ ਕਿਵੇਂ ਹੋਣ। ਸਵਾਲ ਤਾਂ ਇਹ ਸੀ, ਸਵਾਲ ਨੂੰ ਜਦੋਂ ਅਸੀਂ ਵੱਡੇ ਰਾਜਨੀਤਿਕ ਪੇਜ ਵਿੱਚ ਦੇਖਦੇ ਹਾਂ ਤਾਂ ਡਾਕਟਰ ਹਰਚਰਨ ਸਿੰਘ ਇਹ ਸਵਾਲ ਖੜਾ ਕਰ ਰਹੇ ਨੇ ਕਿ ਹੁਣ ਭਾਰਤੀ ਮੱਧ ਵਰਗ ਦੇ ਸਾਹਮਣੇ ਰਾਹ ਕੀ ਆ। ਅਣਜੋੜ ਵਿਆਹ ਵਿੱਚ ਵੀ ਇਹੀ ਆ ਕਿ ਸਾਨੂੰ ਅੰਗਰੇਜ਼ਾਂ ਨੇ ਉਹ ਬਸਤੀਵਾਦ ਨੂੰ ਉਹ ਅਣਚਾਹੇ ਖਸਮ ਦੇ ਨਾਲ ਜਾਂ ਅਣਜੋੜ ਵਿਆਹ ਦੇ ਮੈਟਾਫਰ ਰਾਹੀਂ ਕਟਾਕਸ਼ ਨਾਲ ਪੇਸ਼ ਕਰਦੇ ਆ। ਇਹ ਸਾਰੇ ਦਿਨ ਸਾਰੇ ਨਾਟਕ ਦੇ ਸਮੇਂ 'ਚ ਅਸਲ 'ਚ ਇਹ ਭਾਰਤੀ ਮਨੁੱਖ ਦੇ ਸੁਪਨੇ ਤੇ ਹਕੀਕਤਾਂ ਦੇ ਤਣਾਓ ਦਾ ਪਲਟਾਵਾ ਆ। ਮੈਂ ਨਹੀਂ ਕਹਿੰਦਾ ਕਿ ਡਾਕਟਰ ਹਰਚਰਨ ਸਿੰਘ ਇਹਨਾਂ ਗੱਲਾਂ ਬਾਰੇ ਸੁਚੇਤ ਸੀ, ਉਹ ਬੜੇ ਭੋਲੇ ਪਾਤਸ਼ਾਹ ਸੀ, ਪਰ ਰਚਨਾਕਾਰ ਸੀ, ਸਿਧਾਂਤਕਾਰ ਭੁਲੇਖੇ ਖਾ ਜਾਂਦੇ ਆ। ਰਚਨਾਕਾਰ ਭੁਲੇਖਾ ਨਹੀਂ ਖਾਂਦਾ, ਰਚਨਾਕਾਰ ਆਪਣੇ ਦੌਰ ਦੀ ਫਿਦਾ ਨੂੰ ਕਸੀਦ ਲੈਂਦਾ ਹੁੰਦਾ ਆ। ਇਹ ਜ਼ਰੂਰੀ ਨਹੀਂ ਕਿ ਉਹ ਇਹਨਾਂ ਬਾਰੇ ਸੁਚੇਤ ਹੋਵੇ। ਇਹ ਅਸੀਂ ਇਹ ਨਾ ਤਵੱਕੋ ਕਰਦੀ ਹੈ ਕਿ ਡਾਕਟਰ ਹਰਚਰਨ ਸਿੰਘ ਸਾਰਾ ਕੁਝ ਬੁਨਿਆਦੀ ਤੌਰ ਤੇ ਦਿਮਾਗੀ ਤੌਰ ਤੇ ਜਾਂ ਵਿਚਾਰਧਾਰਕ ਤੌਰ ਤੇ ਸਮਝਦੇ ਸੀ। ਲੇਖਕ ਨੇ ਕੋਈ ਸਿਧਾਂਤਕਾਰ ਵਾਲੀ ਭੂਮਿਕਾ ਨਹੀਂ ਨਿਭਾਉਣੀ ਹੁੰਦੀ, ਲੇਖਕ ਨੇ ਤਾਂ ਆਪਣੇ ਲੋਕਾਂ ਨੂੰ ਤੇ ਆਪਣੀ ਫਿਜ਼ਾ ਦੇ ਵਿੱਚੋਂ ਜੋ ਕੁਝ ਹੋ ਰਿਹਾ ਉਹਨੂੰ ਸਮੈਲ ਕਰਨਾ ਹੁੰਦਾ ਹੈ। ਇਸ ਕਰਕੇ ਡਾਕਟਰ ਸਾਹਿਬ ਕੀ ਕਰ ਰਹੇ ਨੇ ਕਿ ਉਸ ਵੇਲੇ ਦਾ ਭਾਰਤੀ ਮੱਧ ਵਰਗ ਦੇ ਸਾਹਮਣੇ ਬਹੁਤ ਵੱਡਾ ਸਵਾਲ ਸੀ ਕਿ ਬਸਤੀਵਾਦ ਤੋਂ ਕਿਵੇਂ ਮੁਕਤ ਹੋਇਆ ਜਾਵੇ। ਇਹ ਇਕੱਲੇ ਭਾਰਤੀ ਮੱਧ ਵਰਗ ਦੇ ਸਾਹਮਣੇ ਨਹੀਂ ਸੀ, ਇਹ ਸੰਸਾਰ ਭਰ ਦੇ ਕਿਰਤ ਕਰਨ ਵਾਲੇ ਤੇ ਖਾਸ ਤੌਰ ਤੇ ਜਿੰਨੀਆਂ ਸਥਾਨਕ ਆਰਥਿਕਤਾਵਾਂ ਸੀਗੀਆਂ ਜਿਹੜੀਆਂ ਗੁਲਾਮੀ ਭੋਗ ਰਹੀਆਂ ਸੀ ਸਾਮਰਾਜ ਦੀ, ਉਹਨਾਂ ਦੇ ਲੋਕੀ ਦਾ ਸਵਾਲ ਸੀ। ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਇੱਕ ਹੋਰ ਇੱਥੇ ਮੈਨੂੰ ਲੱਗਦੀ ਹੁੰਦੀ ਹੈ ਗੱਲ ਕਿ ਡਾਕਟਰ ਸਾਹਿਬ ਭਾਵੇਂ ਉਸ ਤਰ੍ਹਾਂ ਦੇ ਸੁਚੇਤ ਵਿਅਕਤੀਤਵ ਦੇ ਧਾਰਨੀ ਨਹੀਂ, ਪਰ ਰਚਨਾਕਾਰ ਹੋਣ ਦੇ ਨਾਤੇ ਉਹਨਾਂ ਨੇ ਇਸ ਸਾਰੇ ਚੀਜ਼ ਨੂੰ ਭਾਂਗਿਆ ਜ਼ਰੂਰ ਸੀ। ਮੰਦੀਆਂ ਮਨ ਅਕਾਂਗੀ ਹੈ ਜਦੋਂ ਅਸੀਂ ਦੇਖਦੇ ਹਾਂ
ਇਹਦੇ 'ਚ ਲੱਗਦਾ ਪੈ ਜਾ ਕਿ ਜਿਵੇਂ ਕਰਮੋਂ ਦੀ ਸਾਰੀ ਲੜਾਈ ਪਿੱਤਰ ਸੱਤਾ ਦੇ ਖਿਲਾਫ ਆ, ਤੇ ਪਿੱਤਰ ਸੱਤਾ ਦੀ ਏਜੰਸੀ ਕੀ ਆ ਪਰਿਵਾਰ। ਸਾਡੇ ਇਸ ਨਾਟਕ ਦੇ ਵਿੱਚ ਜਿਹੜਾ ਸਾਡੇ ਦੌਰ ਦਾ ਰਾਜ ਸੀ ਸਵਾਲ ਆ। ਖੂਬਸੂਰਤੀ ਇਹ ਆ ਡਾਕਟਰ ਚੰਦ ਸਿੰਘ ਦੀ ਕਿ ਉਹ ਆਪਣੇ ਦੌਰ ਦੇ ਰਾਜਸੀ ਸਵਾਲ ਨੂੰ ਸੱਭਿਆਚਾਰਕ ਮੁਹਾਵਰੇ ਵਿੱਚ ਸਮਝਾ ਰਹੇ ਆ ਤੇ ਕਰਮੋਂ ਦੀ ਲੜਾਈ ਕੇਵਲ ਪਿੱਤਰ ਸੱਤਾ ਦੇ ਖਿਲਾਫ ਜਾਂ ਪਿੱਤਰ ਸੱਤਾ ਦੀ ਜਿਹੜੀ ਏਜੰਸੀ ਪਰਿਵਾਰ ਆ ਜਾਂ ਵਿਆਹ ਦੀ ਪਿੱਤਰ ਸੱਤਾ ਦੀ ਏਜੰਸੀ ਆ, ਲੜਾਈ ਕੇਵਲ ਉਹਦੇ ਖਿਲਾਫ ਨੂੰ ਲੜਾਈ ਨਹੀਂ, ਕਿਤੇ ਵੱਡੇ ਪ੍ਰਸੰਗ ਵਿੱਚ ਆ ਲੜਾਈ ਸਮੁੱਚੇ ਸੰਸਾਰ ਦੇ ਜਿਹੜਾ ਉਹ ਤੀਸਰਾ ਸੰਸਾਰ ਜਿਹੜਾ ਗੁਲਾਮੀ ਭੋਗ ਰਿਹਾ ਲੜਾਈ ਉਹਦੇ ਪ੍ਰਸੰਗ ਵਿੱਚ ਹੋ ਰਹੀ ਆ, ਉਹਨੂੰ ਸਮਝਣ ਦਾ ਉਹ ਯਤਨ ਕਰਦੇ ਨੇ। ਇੱਕ ਪਾਸੇ ਕਠੋਰ ਪਿੱਤਰ ਸੱਤਾ ਆ ਇਹਦਾ ਬੈਠਾ ਫਰ, ਤੇ ਦੂਜੇ ਪਾਸੇ ਵਿਆਹ ਦੀ ਸੰਸਥਾ ਨਾਲ ਜੁੜੇ ਹੋਏ ਕਹਿਜੇ ਕਾਨੂੰਨ ਨੇ ਕਿ ਜਿੱਥੇ ਪਰਿਵਾਰ ਸਹਿਮਤ ਵੀ ਹੋ ਰਿਹਾ। ਇਸ ਸਮੇਂ 'ਚ ਇੱਕ ਹੋਰ ਗੱਲ ਦੇਖੋ ਤੁਸੀਂ, ਜਦੋਂ ਅਸੀਂ ਸਮੁੱਚੇ ਪੰਜਾਬੀ ਲਿਟਰੇਚਰ ਨੂੰ ਵੀ ਦੇਖਦੇ ਹਾਂ, ਪੰਜਾਬੀ ਲਿਟਰੇਚਰ ਵਿੱਚ ਵੀ ਇਸ ਸਾਰੇ ਖਾਸ ਤੌਰ 'ਤੇ ਤੁਸੀਂ ਮੋਹਨ ਸਿੰਘ ਦੀ ਕਵਿਤਾ ਨੂੰ ਪੜ੍ਹੋ। ਪ੍ਰੋਫੈਸਰ ਮੋਹਨ ਸਿੰਘ 'ਚ ਬਹੁਤ ਖੂਬਸੂਰਤ ਪ੍ਰੋਫੈਸਰ ਮੋਹਨ ਸਿੰਘ ਦੀਆਂ ਬਹੁਤ ਖੂਬਸੂਰਤ ਰਚਨਾਵਾਂ ਨੇ ਇਸ ਦੌਰ ਦੀਆਂ, ਜਿਹਦੇ 'ਚ ਉਹ ਪੰਜਾਬੀ ਬੰਦੇ ਦੀ ਇਸ ਕਿਸਮ ਦੀ ਇੱਛਾ ਨੂੰ ਵਾਰ ਵਾਰ ਬਿਆਨ ਕਰਦੇ ਨੇ। ਅਗਲਾ ਜਿਹੜਾ ਵੱਡਾ ਤਣਾਅ ਸੀ ਉਸ ਦੌਰ ਦਾ ਉਹ ਸੀਗਾ ਵਿਗਿਆਨ ਦਾ ਤੇ ਅੰਧ ਵਿਸ਼ਵਾਸ ਦਾ, ਤਰਕ ਦਾ ਤੇ ਆਸਥਾ ਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਰੰਪਰਾ ਤੇ ਆਧਿਕਤਾ ਦਾ, ਤੁਸੀਂ ਦੋ ਨਾਟਕ ਉਹਨਾਂ ਦੇ ਧਿਆਨ ਨਾ ਪੜੇ ਹੋਣ, ਦੋਸ਼ ਤੇ ਦੂਜਾ ਉਹਨਾਂ ਦਾ ਨਾਟਕ ਜਿਹੜਾ ਔਰਤਾਂ ਵਾਲੇ ਔਰਤ ਵਾਲੇ ਆ 1965 ਲਿਖਦੇ ਆ ਸੋਭਾ ਸ਼ਕਤੀ, ਇਹਦੇ ਬਾਰੇ ਮੈਂ ਫਿਰ ਗੱਲ ਕਰਦਾ। ਇੱਥੇ ਮੈਂ ਇੱਕ ਹੋਰ ਗੱਲ ਦਿਖੇੜ ਲਾ ਕਿ ਆਧੁਨਿਕਤਾ ਬਾਰੇ ਵੀ ਸਾਨੂੰ ਬੜੇ ਭਰਮ ਭੁਲੇਖੇ ਨੇ। ਅਸੀਂ ਹੁਣ ਤੱਕ ਖਾਸ ਤੌਰ 'ਤੇ ਪੰਜਾਬੀ ਚਿੰਤਨ ਦੀ ਇੱਕ ਸੀਮਾ ਇਹ ਰਹੀ ਆ ਕਿ ਅਸੀਂ ਆਧੁਨਿਕਤਾ ਦੇ ਜਿਹੜਾ ਕਲੋਨੀਅਲ ਮਾਡਲ ਸੀ, ਅਸੀਂ ਕਲੋਨੀਅਲ ਮਾਡਲ ਨੂੰ ਹੀ ਆਧੁਨਿਕਤਾ ਮੰਨ ਲਿਆ। ਜੇ ਅਸੀਂ ਇੰਨੇ ਮਾਡਰਨ ਹੋ ਗਏ ਸੀ ਤੇ ਫਿਰ 47 'ਚ ਵਢਾਂਗਾ ਕਿਉਂ ਹੋਇਆ? ਜੇ ਪੰਜਾਬੀ ਬੰਦਾ ਨਵੀਂ ਸਿੱਖਿਆ ਤੋਂ ਬਾਅਦ ਸੰਪਰਦਾਇਕਤਾ ਤੋਂ ਮੁਕਤ ਹੋ ਕੇ ਤੇ ਉਸ ਕਿਸਮ ਦੀ ਆਧੁਨਿਕਤਾ ਦਾ ਧਾਰਨੀ ਹੋ ਗਿਆ ਜਿਸ ਕਿਸਮ ਦੀ ਆਧੁਨਿਕਤਾ ਯੂਰਪ ਕੋਲੇ ਸੀ, ਪੰਜਾਬ ਦੇ ਵਿੱਚ ਜਿਹੜੀ ਸਾਡੀ ਆਪਣੀ ਭੂਮੀ ਆ, ਜਿਹੜੇ ਸਾਡੇ ਆਪਣੇ ਹਾਲਾਤ ਨੇ, ਜਿਹੜੇ ਸਾਡੇ ਆਪਣੀਆਂ ਸਥਿਤੀਆਂ ਨੇ, ਇਹਨਾਂ ਸਥਿਤੀਆਂ 'ਚ ਜਿਹੜੀ ਸਾਡੇ ਕੋਲ ਆਧੁਨਿਕਤਾ ਆ ਰਹੀ ਆ, ਉਹ ਆਧੁਨਿਕਤਾ ਵੀ ਜਿਹਨੂੰ ਡਾਕਟਰ ਕੇਸਰ ਨੇ ਵਿਗੜ ਪੂੰਜੀਵਾਦ ਸ਼ਬਦ ਵਰਤਿਆ ਤੇ ਡਾਕਟਰ ਰਵੀ ਨੇ ਆਰਥਿਕਤਾ ਦੇ ਪ੍ਰਸੰਗ ਵਿੱਚ ਕਿਹਾ ਕਿ ਸਾਡੇ 'ਤੇ ਆਰੋਪਿਤ ਕੀਤੀ ਹੋਈ ਆਧੁਨਿਕਤਾ ਹੈ। ਅਸੀਂ ਆਧੁਨਿਕ ਹੋਏ ਨਹੀਂ ਸੀ, ਅਸੀਂ ਆਧੁਨਿਕ ਲੱਗਦੇ ਸੀ। ਆਧੁਨਿਕ ਹੋਣਾ ਤੇ ਆਧੁਨਿਕ ਲੱਗਣਾ ਇਹਦੇ 'ਚ ਬਹੁਤ ਵੱਡਾ ਅੰਤਰ ਆ, ਇਹ ਅਸੀਂ ਅੱਗੇ ਜਾ ਕੇ ਨਾਟਕਾਂ 'ਚ ਦੇਖਾਂਗੇ। ਉਹਦੇ ਕਿਤਾਬ ਆਈ ਆ ਪ੍ਰਦੀਪ ਬਸੂ ਦੀ ਕਿਤਾਬ ਆਈ ਆ ਕਲੋਨੀਅਲ ਮਾਡਲ, ਉਹਦੇ 'ਚ ਦੱਸਿਆ ਕਿ ਹਿੰਦੁਸਤਾਨ ਕਿਵੇਂ, ਇੱਕ ਪਾਸੇ ਹਿੰਦੁਸਤਾਨ 'ਚ ਨਵੀਂ ਸਿੱਖਿਆ ਆ ਰਹੀ ਆ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਨਵੀਂ ਸਿੱਖਿਆ ਆ ਰਹੀ ਆ, ਪੰਜਾਬ ਦਾ ਸਾਰੇ ਦਾ ਸਾਰਾ ਜਿਹੜਾ ਹੈਗਾ ਸਟਰਕਚਰ ਚੇਂਜ ਹੋ ਰਿਹਾ ਤੇ ਪੰਜਾਬ ਦੇ ਉਤਪਾਦਨ ਦੇ ਸੰਬੰਧ ਚੇਂਜ ਹੋ ਰਹੇ ਆ, ਪੰਜਾਬ ਦੇ ਉਤਪਾਦਨ ਦੀਆਂ ਵਿਧੀਆਂ ਚੇਂਜ ਹੋ ਰਹੀਆਂ, ਨਵਾਂ ਬੰਦੋਬਸਤ ਤਿਆਰ ਕਰਦੇ ਆ ਜ਼ਮੀਨ ਦਾ, ਨਵਾਂ ਕਿਸਮ ਦਾ ਮਾਲੀਆ, ਨਵੇਂ ਬਹੁਤ ਸਾਰੇ ਤਰੀਕੇ ਬਦਲ ਦਿੰਦੇ ਆ। ਔਰ ਸਾਡੀ ਆਪਣੀ ਜਿਹੜੀ ਸਥਾਨਕ ਆਰਥਿਕਤਾ ਆ, ਸਾਡੀ ਜਿਹੜੀ ਘਰੇਲੂ ਉਦਯੋਗ ਆ, ਉਹਨੂੰ ਬਿਲਕੁਲ ਬਦਲ ਦਿੰਦੇ ਆ। ਸੋ ਅੰਗਰੇਜ਼ ਜਿਹੜੀ ਕਿਸਮ ਦੀ ਆਧੁਨਿਕਤਾ ਲੈ ਕੇ ਆ ਰਿਹਾ ਸੀ, ਉਹ ਆਧੁਨਿਕਤਾ ਸਾਨੂੰ ਕਿੰਨੀ ਕੁ ਬਾਰੇ ਖਾਂਦੀ ਸੀ, ਉਹਦੇ ਬਾਰੇ ਇਹਨਾਂ ਦੇ ਨਾਟਕਾਂ ਦੇ ਵਿੱਚ ਬਹੁਤ ਸਾਰੇ ਸੰਕੇਤ ਨੇ। ਖਾਸ ਤੌਰ 'ਤੇ ਮੈਂ ਦੋ ਗੱਲਾਂ ਕਰਨਾ ਚਾਹੁੰਦਾ ਕਿ ਜਦੋਂ ਔਰਤ ਦੇ ਮਸਲੇ ਨੂੰ ਦੇਖਦੇ ਨੇ ਡਾਕਟਰ ਚੰਦ ਸਿੰਘ, ਤਾਂ ਉਹ ਆਪਣੇ ਸਮਕਾਲੀ ਨਾਟਕਕਾਰਾਂ ਨਾਲੋਂ ਉਹਨਾਂ ਦਾ ਰਵੱਈਆ ਕਿਸ ਕਿਸਮ ਦਾ ਵੱਖਰਾ ਹੈ। ਮੈਂ ਵੇਖ ਰਿਹਾ ਵੀ ਸਾਡੇ ਦੋ ਚਿੰਤਕ ਹਰਚਰਨ ਸਿੰਘ ਦੇ ਔਰਤ ਪਾਤਰਾਂ ਬਾਰੇ ਬਿਲਕੁਲ ਵੱਖਰੀਆਂ ਵੱਖਰੀਆਂ ਤੇ ਵਿਰੋਧੀ ਗੱਲਾਂ ਕਰ ਰਹੇ ਨੇ।
ਇੱਕ ਪਾਸੇ ਡਾਕਟਰ ਆਤਮਜੀਤ ਦੇ ਮੈਂ ਕਮੈਂਟ ਪੜ੍ਹਿਆ ਸੀ, ਡਾਕਟਰ ਆਤਮਜੀਤ ਸਿੰਘ ਇਹ ਲਿਖਦੇ ਨੇ ਕਿ ਜਿਹੜੇ ਨੰਦਾ ਦੇ ਪਾਤਰ ਨੇ, ਇਸਤਰੀ ਪਾਤਰ ਨੇ, ਉਹ ਬਹੁਤ ਕਮਜ਼ੋਰ ਨੇ ਅਤੇ ਉਹਨਾਂ ਦੇ ਮੁਕਾਬਲੇ 'ਤੇ ਡਾਕਟਰ ਹਰਚਰਨ ਸਿੰਘ ਦੇ ਜਿਹੜੇ ਇਸਤਰੀ ਪਾਤਰ ਨੇ ਉਹ ਬੜੇ ਸ਼ਕਤੀਸ਼ਾਲੀ ਨੇ, ਫੈਸਲਾ ਕਰਦੇ ਨੇ, ਪਹਿਲਕਦਮੀ ਕਰਦੇ ਨੇ। ਅਤੇ ਦੂਜੇ ਡਾਕਟਰ ਕੇਸਰ ਸਿੰਘ ਕੇਸਰ, ਡਾਕਟਰ ਕੇਸਰ ਸਿੰਘ ਕੇਸਰ ਕਹਿ ਰਹੇ ਆ ਕਿ ਬਲਵੰਤ ਗਾਰਗੀ ਵੀ ਅਤੇ ਹਰਚਰਨ ਸਿੰਘ ਵੀ ਇਹ ਦੋਨੇ ਔਰਤ ਦੇ ਪੰਜਾਬੀ ਮਸਲੇ ਨੂੰ ਨਹੀਂ ਸਮਝਦੇ, ਪਰ ਨੰਦਾ ਇਹਨਾਂ ਨਾਲੋਂ ਬਹੁਤ ਚੰਗੀ ਤਰ੍ਹਾਂ ਸਮਝਿਆ। ਸੁਹਾਗ ਨੰਦੇ ਦੇ ਨਾਟਕ ਵਿੱਚ ਵੀ ਇਹੀ ਹੈ। ਨੰਦਾ ਦਾ ਨਾਟਕ 1913 'ਚ ਲਿਖਿਆ ਗਿਆ, ਸੁਹਾਗ ਦੋਹਾਂ ਜੀ ਨੂੰ ਦੋ ਨਾਂ ਦਿੱਤੇ ਗਏ। ਉਹਦੇ 'ਚ ਇੱਕ ਬੱਚੀ, ਵੱਡੀ ਬੇਟੀ ਮੇਲੋ, ਵੱਡੀ ਉਮਰ ਦੇ ਬੰਦੇ ਨਾਲ ਵਿਆਹ ਕਰਾਉਣ ਤੋਂ ਭੱਜ ਜਾਂਦੀ ਆ ਅਤੇ ਬਾਪ ਛੋਟੀ ਕੁੜੀ ਨੂੰ, ਲਾਜੋ ਨੂੰ, ਵੱਡੀ ਉਮਰ ਦੇ ਬੰਦੇ ਦੇ ਲੜ ਲਾ ਦਿੰਦਾ ਆ। ਸਿੱਧਾ ਸਿੱਧਾ ਸਵਾਲ ਉਠਾਉਂਦਾ ਨੰਦਾ ਕਿ ਪਿਓ ਦੀ ਗਰੀਬੀ ਨਾਲ ਲੜੇ ਬਿਨਾਂ ਔਰਤ ਨਹੀਂ ਲੜ ਸਕਦੀ, ਔਰਤ ਮੁਕਤ ਨਹੀਂ ਹੋ ਸਕਦੀ। ਇੱਕ ਮੁਕਤ ਹੋ ਜਾਏਗੀ ਤਾਂ ਦੂਜੀ ਚਲੀ ਜਾਏਗੀ, ਜੇ ਮੇਲੋ ਦੌੜ ਵੀ ਜਾਏਗੀ ਤਾਂ ਲਾਜੋ ਦੀ ਬਲੀ ਦੇ ਦਿੱਤੀ ਜਾਏਗੀ। ਸਵਾਲ ਸਿੱਧਾ ਸਿੱਧਾ ਸੀ ਕਿ ਨੰਦਾ ਇਸ ਗੱਲ ਨੂੰ ਸਮਝ ਰਿਹਾ ਸੀਗਾ ਕਿ ਪੰਜਾਬ ਦੀ ਆਰਥਿਕਤਾ ਨੂੰ ਬਦਲੇ ਬਿਨਾਂ ਤੇ ਗੁਲਾਮ ਮੁਲਕਾਂ ਦੀ ਆਰਥਿਕ ਸਥਿਤੀ ਬਦਲੇ ਬਿਨਾਂ ਨਾ ਔਰਤ ਨੇ ਮੁਕਤ ਹੋਣਾ ਨਾ ਖੇਤੀ ਵਰਗ ਨੇ ਮੁਕਤ ਹੋਣਾ ਹੈ। ਮੈਂ ਇਸ ਕਰਕੇ ਗੱਲਾਂ ਕਰ ਰਿਹਾ ਕਿ ਸਾਡੇ ਨਾਟਕ ਰੋਜਕਾਂ ਦੇ ਵਿੱਚ ਕੁਛ ਸੰਕਟ ਰਹੇ ਆ। ਜਦੋਂ ਅਸੀਂ ਦੇਖਦੇ ਹਾਂ ਕਿ ਔਰਤ ਵਾਲੇ ਹਰਚਰਨ ਸਿੰਘ ਹੋਣੀ ਕਿਵੇਂ ਸੋਚ ਰਹੇ ਨੇ, ਬਹੁਤ ਸਾਰੇ ਪਾਤਰ ਨੇ ਹਰਚਰਨ ਸਿੰਘ ਦੇ ਨਾਟਕਾਂ ਦੇ ਕਿ ਬੜੀਆਂ ਪਾਵਰਫੁੱਲ ਔਰਤਾਂ ਨੇ। ਜਿਵੇਂ ਅਸੀਂ ਦੇਖਦੇ ਹਾਂ ਕਿ ਅੰਬੋ ਹੀ ਹੈ, ਅੰਬੋ ਘੱਟੋ ਘੱਟ ਮਰੂ ਮਰੂ ਨਹੀਂ ਕਰ ਰਹੀ, ਉਹ ਉਸ ਵਿਆਹ ਦੀ ਪ੍ਰਥਾ ਨੂੰ ਤੋੜ ਕੇ ਆਪਣੀ ਮਰਜ਼ੀ ਦੇ ਬੰਦੇ ਨਾਲ ਵਿਆਹ ਕਰਾਉਣ ਲਈ ਆਪਣੀ ਨਣਾਨ ਨਾਲ ਲੜਦੀ ਹੈ, ਭਾਈਚਾਰੇ ਨਾਲ ਲੜਦੀ ਹੈ। ਜਾਂ ਅਸੀਂ ਦੇਖਦੇ ਹਾਂ ਕਿ ਮਾਲਣ ਰੱਤਾ ਫਾਲੂ ਦੇ ਵਿੱਚ ਉਹ ਥਾਣੇਦਾਰ ਨਾਲ ਲੜਦੀ ਆ, ਜਗੀਰਦਾਰ ਨਾਲ ਲੜਦੀ ਆ, ਆਪਣੇ ਪੁੱਤਰ ਦੇ ਮਰ ਜਾਣ ਤੋਂ ਬਾਅਦ ਧੀ ਦੇ ਹਰਾਲੇ ਤੋਂ ਬਾਅਦ ਵੀ ਉਹ ਚੁੱਪ ਕਰਕੇ ਨਹੀਂ ਬੈਠਦੀ, ਵਿਵਸਥਾ ਦੇ ਖਿਲਾਫ਼ ਲੜਦੀ ਆ। ਅਤੇ ਉਹਦਾ ਪੁੱਤਰ ਉਹਨੂੰ ਕਹਿੰਦਾ ਆ ਕਿ ਇੱਕ ਜਗੀਰਦਾਰ ਅਤੇ ਮਿਸਰੇਦਾਰ ਮਾਰਿਆ ਨਹੀਂ ਸਕਣਾ, ਇਸ ਪ੍ਰਥਾ ਨੂੰ ਖਤਮ ਕਰਨਾ ਪਏਗਾ। ਡਾਕਟਰ ਹਰਚਰਨ ਸਿੰਘ ਦੇ ਨਾਟਕਾਂ ਵਿੱਚ ਸਾਰਾ ਕੁਛ ਕਿਉਂ ਆ ਰਿਹਾ? ਕਿਉਂਕਿ ਸਾਰਾ ਕੁਛ ਉਸ ਸਮੇਂ ਦੇ ਸਿਆਸੀ ਮਾਹੌਲ 'ਚ ਪਿਆ ਸੀ, ਪਰ ਡਾਕਟਰ ਸਾਹਿਬ ਦੀ ਖੂਬਸੂਰਤੀ ਇਹ ਆ ਕਿ ਉਹ ਸਿਆਸੀ ਸੂਤਰਾਂ ਨੂੰ ਆਪਣੇ ਨਾਟਕ ਵਿੱਚ ਜਦੋਂ ਪੇਸ਼ ਕਰਦੇ ਆ ਤਾਂ ਉਹ ਸੱਭਿਆਚਾਰ ਇਹਦੇ ਵਿੱਚ ਧਾਰ ਕੇ ਪੇਸ਼ ਕਰਦੇ ਆ, ਔਰ ਇਹੀ ਮੈਨੂੰ ਉਹਨਾਂ ਦੀ ਬਹੁਤ ਸ਼ਕਤੀ ਲੱਗਦੀ ਉਹਨਾਂ ਦੇ ਨਾਟਕਾਂ ਦੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਾਣੀ ਜਿੰਦਾਵਾਂ ਦਾ ਨਾਟਕ ਆ, ਜਾਂ ਰਾਧਾ ਅਤੇ ਧੰਦੋ ਜਿਹੜਾ ਆਖਰੀ ਸਮੇਂ ਦਾ ਨਾਟਕ ਆ ਡਾਕਟਰ ਸਾਹਿਬ ਦਾ ਤਾਰਾ ਕਿਹੜਾ ਲੰਮਾ। ਇਹ ਸਾਰੇ ਨਾਟਕਾਂ ਦੇ ਵਿੱਚ ਜਦੋਂ ਡਾਕਟਰ ਸਾਹਿਬ ਪੇਸ਼ ਕਰਦੇ ਤਾਂ ਸਭ ਤੋਂ ਖੂਬਸੂਰਤ ਨਾਟਕ ਉਹਨਾਂ ਦਾ ਸ਼ੋਭਾ ਸ਼ਕਤੀ ਹੈ, ਜਿੱਥੇ ਗੱਲ ਕਰਨ ਦੀ ਲੋੜ ਆ। ਡਾਕਟਰ ਸਾਹਿਬ ਆਪਣੇ ਆਪਣੇ ਨਾਟਕਾਂ ਦੀਆਂ ਭੂਮਿਕਾਵਾਂ ਦੇ ਵਿੱਚ, ਦੂਜੇ ਲੇਖਕਾਂ ਦੀਆਂ ਨਾਟਕਾਂ ਦੀਆਂ ਭੂਮਿਕਾਵਾਂ ਵਿੱਚ ਵਾਰ ਵਾਰ ਇਸ ਕਿਸਮ ਦੀਆਂ ਦੇ ਕਮੈਂਟ ਕਰ ਰਹੇ ਨੇ ਕਿ ਹਿੰਦੁਸਤਾਨ ਦੇ ਹਾਲਾਤ ਬਦਲ ਰਹੇ ਨੇ, ਹਿੰਦੁਸਤਾਨ ਦੀ ਔਰਤ ਚੇਤਨ ਹੋ ਰਹੀ ਆ, ਕਾਨੂੰਨ ਉਹਦੇ ਹੱਕ 'ਚ ਬਣ ਰਹੇ ਨੇ, ਉਹਦੀ ਆਵਾਜ਼ ਮੁਖਰ ਹੋ ਰਹੀ ਆ, ਪਰ ਇਹਦੇ ਬਾਵਜੂਦ ਸਾਡੇ ਮਨੁੱਖ ਦੀ, ਸਾਡੇ ਮਰਦ ਦੀ ਔਰਤ ਬਾਰੇ ਰਵੱਈਆ ਨਹੀਂ ਬਦਲ ਰਿਹਾ। ਕਾਰਨ ਉੱਥੇ ਪੈ ਜਿੱਦਾਂ ਮੈਂ ਇਸ਼ਾਰਾ ਕੀਤਾ ਸੀ ਕਿ ਅਸੀਂ ਮਾਡਰਨਿਟੀ ਗ੍ਰਹਿਣ ਕਰ ਲਈ, ਪਰ ਅਸੀਂ ਉਹ ਮਾਡਰਨਿਟੀ ਗ੍ਰਹਿਣ ਕੀਤੀ ਜਿਹੜੀ ਕਲੋਨੀਅਲ ਮਾਡਰਨਿਟੀ ਆ, ਜਿਹਦੇ 'ਚ ਅਸੀਂ ਇਹ ਗੱਲਾਂ ਕਰਨੀਆਂ ਤਾਂ ਸਿੱਖਣਾ ਕਿ ਔਰਤਾਂ ਦੇ ਅਧਿਕਾਰ ਹੋਣ, ਪਰ ਬੰਦੇ ਦਾ ਮਨ, ਮਰਦ ਦਾ ਮਨ ਨਹੀਂ ਬਦਲਿਆ, ਸਾਡੀ ਪੈਟਰੀਆਰਕੀ ਨਹੀਂ ਬਦਲੀ, ਸਾਡੀ ਪੈਟਰੀਆਰਕੀ ਦੀਆਂ ਸੰਸਥਾਵਾਂ ਨਹੀਂ ਬਦਲੀਆਂ। ਇਸੇ ਕਰਕੇ ਡਾਕਟਰ ਸਾਹਿਬ ਲੰਮੀਆਂ ਭੂਮਿਕਾਵਾਂ ਲਿਖਦੇ ਨੇ। ਖਾਸ ਤੌਰ 'ਤੇ ਦੋ ਨਾਟਕਾਂ ਬਾਰੇ ਮੈਂ ਉਹਨਾਂ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰ ਦਿੰਦਾ ਹਾਂ। ਡਾਕਟਰ ਸਾਹਿਬ ਦੇ ਮਨ ਦੀਆਂ ਮਨ ਅਕਾਂਗੀ ਦੀ ਭੂਮਿਕਾ 'ਚੋਂ ਕਹਿੰਦੇ ਆ ਕਿ ਮੈਂ ਇਸ ਨਾਟਕ ਰਾਹੀਂ
ਲੋਕਾਂ ਦੇ ਅੰਤਾਕਰਨ ਨੂੰ ਟੁੰਬਣ ਦੀ ਕੋਸ਼ਿਸ਼ ਕੀਤੀ ਹੈ। ਸਮਾਜ ਅੱਗੇ ਬਹੁਤ ਜ਼ੋਰਦਾਰ ਪ੍ਰਸ਼ਨ ਰੱਖਿਆ ਹੈ, ਅਜਿਹੇ ਕਾਨੂੰਨ ਦੀ ਲੋੜ ਦਾ ਅਹਿਸਾਸ ਕਰਾਇਆ ਹੈ ਜਿੱਥੇ ਅੰਬੋ ਵਰਗੀਆਂ ਕੁੜੀਆਂ ਮਨੂਵਾਦੀ ਜਜ਼ੀਰਾ 'ਚ ਜਕੜੀਆਂ ਨਾ ਰਹਿਣ। ਇਸੇ ਤਰ੍ਹਾਂ ਸ਼ੋਭਾ ਸ਼ਕਤੀ ਚੋ ਕਹਿੰਦੇ ਨੇ ਕਿ ਭਾਰਤ ਦੀਆਂ ਬਦਲੀਆਂ ਹੋਈਆਂ ਪਰਿਸਥਿਤੀਆਂ 'ਚ ਚੇਤਨ ਹੋਈ ਔਰਤ ਦੇ ਮੈਂ ਤਿੰਨ ਰੂਪ ਪੇਸ਼ ਕੀਤੇ ਆ, ਪੁੱਤਰੀ ਦਾ, ਪਤਨੀ ਦਾ ਤੇ ਮਾਂ ਦਾ। ਨਾਲ ਉਹ ਕਹਿ ਰਹੇ ਨੇ ਕਿ ਭਾਰਤ ਦੀ ਅੱਧੀ ਵਸੋਂ ਹੁਣ ਜਾਗ ਰਹੀ ਆ, ਪਰ ਨਾਲ ਇਹ ਵੀ ਸੰਕੇਤ ਕਰਦੇ ਆ ਕਿ ਉਹ ਜਾਗੀ ਜ਼ਰੂਰ ਆ, ਅਜੇ ਪਾਸਾ ਹੀ ਪੱਕਿਆ। ਇਹਦੇ ਨਾਲ ਹੀ ਇਸੇ ਭੂਮਿਕਾ 'ਚੋਂ ਕਹਿ ਰਹੇ ਨੇ ਕਿ ਸੁਤੰਤਰਤਾ ਪਿੱਛੋਂ ਉਹਨੂੰ ਬੋਲਣ ਦਾ ਅਧਿਕਾਰ ਮਿਲ ਗਿਆ, ਪਰ ਇਹ ਅਧਿਕਾਰ ਨੂੰ ਪੂਰਨ ਰੂਪ 'ਚ ਨਹੀਂ ਮਿਲਿਆ। ਉਹ ਦੁੱਖ ਨੂੰ ਬਿਆਨ ਵੀ ਕਰ ਸਕਦੀ ਆ, ਦੁੱਖ ਨੂੰ ਦੁੱਖ ਦੇ ਖਿਲਾਫ਼ ਲੜ ਵੀ ਸਕਦੀ ਆ, ਪਰ ਸਮਾਜ ਦੀ ਅਜੇ ਦ੍ਰਿਸ਼ਟੀ ਨੇ ਉਹਨੂੰ ਪੂਰੀ ਤਰ੍ਹਾਂ ਸੱਚ ਨੂੰ ਪ੍ਰਵਾਹ ਨਹੀਂ ਕੀਤਾ। ਸੋ ਇਸ ਕਿਸਮ ਦੀਆਂ ਉਹ ਟਿੱਪਣੀਆਂ ਕਰਦੇ ਨੇ, ਪਰ ਜਦੋਂ ਟ੍ਰੀਟਮੈਂਟ ਕਰਨ ਲੱਗਦੇ ਆ ਮਸਲੇ ਦਾ, ਜਦੋਂ ਡਾਕਟਰ ਹਰਚਰਨ ਸਿੰਘ ਔਰਤ ਦੇ ਮਸਲੇ ਨੂੰ ਪੇਸ਼ ਕਰਦੇ ਆ ਤਾਂ ਬੜੇ ਯਥਾਰਥਕ ਧਰਾਤਲ 'ਤੇ ਪੇਸ਼ ਕਰਦੇ ਆ, ਪਰ ਜਦੋਂ ਮਸਲੇ ਦਾ ਟ੍ਰੀਟਮੈਂਟ ਕਰਨ ਲੱਗਦੇ ਆ ਕਿਉਂਕਿ ਉੱਥੇ ਦ੍ਰਿਸ਼ਟੀ ਵਿਗਿਆਨਕ ਨਹੀਂ, ਜਾਂ ਇਹ ਕਹਿੰਦੇ ਆ ਕਿ ਉਹਨਾਂ ਕੋਲ ਇਤਿਹਾਸ ਦੀ ਉਸ ਕਿਸਮ ਦੀ ਸੋਝੀ ਨਹੀਂ ਜਿਹੜੀ ਉਸ ਵੇਲੇ ਵੱਡੇ ਪ੍ਰਸ਼ਨ ਜਿਹੜੇ ਪ੍ਰਸ਼ਨ ਸਾਡੇ ਸਾਹਮਣੇ ਇਤਿਹਾਸ ਨੇ ਰੱਖੇ ਸੀ, ਡਾਕਟਰ ਸਾਹਿਬ ਉਹਨਾਂ ਪ੍ਰਸ਼ਨਾਂ ਵੀ ਤਾਂ ਧੁਨਾਂ ਤਾਂ ਪਛਾਣਦੇ ਆ, ਪਰ ਉਹਨਾਂ ਪ੍ਰਸ਼ਨਾਂ ਦੇ ਹੱਲ ਅਜੇ ਉਹਨਾਂ ਕੋਲ ਨਹੀਂ ਸੀ। ਤੇ ਨਾ ਕਿਸੇ ਲੇਖਕ ਤੋਂ ਇਹ ਤਵੱਕੋ ਕਰਨੀ ਚਾਹੀਦੀ ਆ ਕਿ ਲੇਖਕ ਤੁਹਾਨੂੰ ਸਥਿਤੀਆਂ ਦਾ ਬਿਆਨ ਵੀ ਕਰੇ ਤੇ ਉਹਨਾਂ ਸਥਿਤੀਆਂ ਦੇ ਹੱਲ ਵੀ ਪੇਸ਼ ਕਰੇ। ਇਸ ਨਾਟਕ 'ਚ ਕਰਦੇ ਕੀ ਆ ਡਾਕਟਰ ਸਾਹਿਬ, ਤਿੰਨ ਦ੍ਰਿਸ਼ ਨੇ ਨਾਟਕ ਦੇ। ਪਹਿਲੇ ਦ੍ਰਿਸ਼ ਵਿੱਚ ਜਿਹੜੀ ਹੈਗੀ ਆ ਸ਼ੋਭਾ, ਉਹ ਆਪਣੇ ਪਿਤਾ ਨਾਲ ਲੜ ਰਹੀ ਆ ਕਿ ਮੈਂ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਾਉਣਾ ਹੈ। ਮਾਂ ਤੇ ਭਰਾ ਉਹਦੀ ਸਪੋਰਟ ਕਰਦੇ ਆ ਤੇ ਉਹ ਆਪਣੀ ਮਰਜ਼ੀ ਦੇ ਬੰਦੇ ਰਮੇਸ਼ ਵਕੀਲ ਨਾਲ ਵਿਆਹ ਕਰ ਲੈਂਦੀ ਆ। ਹੁਣ ਪਹਿਲੇ ਪੜਾਅ 'ਤੇ ਉਹਦੀ ਲੜਾਈ ਪਿਤਾ ਦੀ ਸੱਤਾ ਨਾਲ, ਪਿੱਤਰ ਸੱਤਾ ਨਾਲ। ਦੂਜੇ ਪੜਾਅ 'ਤੇ ਵਿਆਹੀ ਜਾਂਦੀ ਆ, ਉਹੀ ਪਤੀ ਜਿਹੜਾ ਪ੍ਰੇਮੀ ਸੀ ਰਮੇਸ਼, ਉਹਨੂੰ ਉਹ ਕਹਿੰਦੀ ਵੀ ਮੈਂ ਆਰਥਿਕ ਤੌਰ 'ਤੇ ਸੁਤੰਤਰ ਰਹਿਣਾ ਅਤੇ ਸਮਾਜ ਵਿੱਚ ਰਿਸ਼ਤਾ ਮੇਰਾ ਤੇਰੇ ਨਾਲ ਬਰਾਬਰੀ ਵਾਲਾ ਹੋਵੇ, ਤਾਂ ਉਹਦੇ ਨਾਲ ਅਲੈਦਗੀ ਹੋ ਜਾਂਦੀ ਆ। ਦੂਜੀ ਜਿਹੜੀ ਔਰਤ ਦੀ ਲੜਾਈ ਆ ਉਹ ਮਰਦ ਨਾਲ ਨਹੀਂ ਹੈ ਇੱਥੇ, ਉਹ ਵਿਆਹ ਦੀ ਸੰਸਥਾ ਨਾਲ ਹੈ, ਕਿਉਂਕਿ ਸਾਡੀ ਵਿਆਹ ਦੀ ਸੰਸਥਾ ਵੀ ਔਰਤ ਨੂੰ ਉਸੇ ਤਰ੍ਹਾਂ ਸਬਜੂਗੇਟ ਕਰਦੀ ਹੈ ਜਿਵੇਂ ਪਿੱਤਰ ਸੱਤਾ ਕਰਦੀ, ਕਿਉਂਕਿ ਵਿਆਹ ਦੀ ਸੰਸਥਾ ਪਿੱਤਰ ਸੱਤਾ ਦੀ ਹੀ ਇੱਕ ਤਰ੍ਹਾਂ ਦੀ ਕੈਟਾਲੈਟਿਕ ਏਜੰਟ ਹੈ। ਤੀਜੀ ਜਿਹੜੀ ਸਥਿਤੀ ਆ, ਤੀਜੀ ਝਾਕੀ ਆ, ਉਹਦਾ ਪੁੱਤਰ ਕਮਲ ਅਤੇ ਉਹਦੀ ਨੂੰਹ, ਉਹ ਉਹਨਾਂ ਨਾਲ ਵੀ ਖੇਡਦੀ ਆ, ਉਹਨਾਂ ਨਾਲ ਵੀ ਲੱਗ ਜਾਂਦੀ ਹੈ, ਘਰ ਛੱਡ ਕੇ ਚੱਲ ਜਾਂਦੀ ਆ। ਇੱਥੇ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਮਾਰ ਖਾ ਜਾਂਦੇ ਆ। ਸਵਾਲ ਤਾਂ ਮਸਲਾ ਤਾਂ ਸੀਗਾ ਵਿਵਸਥਾ ਦਾ, ਔਰਤ ਬਾਰੇ ਪਿੱਤਰ ਸੱਤਾ ਦੀ ਦਿੱਤੀ ਹੋਈ ਚੇਤਨਾ ਦਾ ਸਵਾਲ ਸੀ। ਇੱਥੇ ਲੜਾਈ ਵਿਵਸਥਾ ਦੀ ਨਹੀਂ ਰਹਿੰਦੀ, ਬੰਦੇ ਦੇ ਸੁਭਾਅ ਦੀ ਬਣ ਜਾਂਦੀ ਆ ਕਿ ਇਹ ਬੀਬੀ ਪਹਿਲਾਂ ਪਿਓ ਨਾਲ ਲੜਦੀ ਰਹੀ, ਫਿਰ ਪ੍ਰੇਮੀ ਪਤੀ ਨਾਲ ਲੜਦੀ ਰਹੀ, ਹੁਣ ਪੁੱਤਰ ਜਿਹੜਾ ਉਹਦੇ 'ਤੇ ਡਿਪੈਂਡੈਂਟ ਆ। ਜਿਹੜਾ ਸਵਾਲ ਗਾਰਗੀ ਅਤੇ ਹਰਚਰਨ ਸਿੰਘ ਵਾਲੀ ਪੀੜ੍ਹੀ ਕਰਦੀ ਰਹੀ ਆ, ਉਹ ਸਵਾਲ ਬੜਾ ਸਿੰਪਲ ਸੀ, ਕਿਉਂਕਿ ਸਤਿਕਾਰ ਨੂੰ ਬਹੁਤ ਸਿੰਪਲ ਰੂਪ ਦੇਖਦੇ ਸੀ। ਰਚਨਾਕਾਰ ਸੀ ਨਾ, ਸਿਧਾਂਤਕਾਰ ਥੋੜ੍ਹਾ ਸੀ ਵੀ ਇਹ ਸਿਧਾਂਤ ਘੱਟਦੇ, ਇਹਨਾਂ ਨੇ ਤਾਂ ਜੋ ਫੀਲ ਕਰਦੇ ਸੀ ਲੋਕ ਉਹੀ ਲੈਣਾ ਸੀ। ਮੋਟਾ ਜਿਹਾ ਇਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਔਰਤ ਪੜ੍ਹ ਲਿਖ ਜਾਵੇ, ਔਰਤ ਰੁਜ਼ਗਾਰ ਕਰਨ ਲੱਗ ਜਾਏ ਤਾਂ ਔਰਤ ਦੇ ਮਸਲੇ ਹੱਲ ਹੋ ਜਾਣਗੇ। ਹੋਇਆ ਇੱਕ ਉਲਟਾ, ਸਾਡੇ ਸਮੰਤੀ ਪਰਿਵਾਰਾਂ 'ਚ ਔਰਤ ਇੰਨੀ ਦਬੀ ਹੋਈ ਨਹੀਂ ਸੀ, ਇੰਨੀ ਗੁਲਾਮ ਨਹੀਂ ਸੀ ਜਿੰਨੀ ਸਾਡੇ ਅਜੋਕੇ ਜਿਹੜੇ ਲੋਅਰ ਮਿਡਲ ਕਲਾਸ ਦੇ ਪਰਿਵਾਰਾਂ 'ਚ ਜਿੱਥੇ ਔਰਤ ਪੜ੍ਹ ਲੈਂਦੀ ਵੀ ਨੌਕਰੀ ਕਰਦੀ ਆ, ਉਹ ਕਈ ਕਿਸਮ ਦੀ ਗੁਲਾਮੀ ਝੇੜ ਲੈਂਦੀ ਆ। ਨੌਕਰੀ ਪੇਸ਼ਾ ਔਰਤ ਨੂੰ ਬੱਸ ਦੇ ਡਰਾਈਵਰ ਤੋਂ ਲੈ ਕੇ ਆਪਣੇ ਬੌਸ ਤੱਕ ਕਈ ਕਿਸਮ ਦੀ ਗੁਲਾਮੀ ਝੇੜਨੀ ਪੈਂਦੀ ਆ। ਮੈਂ ਇੱਕ ਮੇਰੀ ਕਲੀਗ ਸੀ, ਮੈਂ ਉਹਨੂੰ ਹੱਸਦਾ ਸੀ
ਕੁੜੀ ਮੈਂ ਨਾਲ ਲੈਣਾ ਪੰਜਾਬੀ ਦੇ ਪ੍ਰੋਫੈਸਰ ਦੀ ਵਾਈਫ ਸੀ ਤੇ ਉਹ ਮੈਨੂੰ ਕਹਿੰਦੀ ਸੀ ਵੀ ਕਈ ਵਾਰੀ ਡਰਾਈਵਰ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਦੇ ਚੁੱਪ ਰਹਿਣਾ ਪੈਂਦਾ, ਸੱਸ ਬਹੁਤ ਤੰਗ ਕਰਦੀ ਆ, ਸੱਸ ਕੋਲ ਇਸ ਕਰਕੇ ਚੁੱਪ ਰਹਿਣਾ ਪੈਂਦਾ ਵੀ ਇਹ ਛੱਡ ਕੇ ਚੱਲੀ ਤਾਂ ਬੱਚਾ ਕਲਾਸ ਵਿੱਚ ਛੱਡਣਾ ਪਊ। ਪ੍ਰਿੰਸੀਪਲ ਨਾਲ ਮੈਂ ਇਸ ਕਰਕੇ ਨਹੀਂ ਲੜਦੀ ਆ, ਹੜਤਾਲ ਸ਼ਾਮਿਲ ਨਾ ਹੋਵੇ। ਮੈਂ ਕਿਹਾ ਤੂੰ ਸ਼ਾਮਿਲ ਕਿਉਂ ਹੁੰਦੀ? ਕਹਿੰਦੀ ਮੈਂ ਕਦੇ ਕਦੇ ਲੇਟ ਹੋ ਜਾਂਦੀ ਹਾਂ। ਅਤੇ ਮੈਨੂੰ ਲੱਗਿਆ ਵੀ ਜਿਹੜਾ ਗਾਰਡੀ ਇਹ ਕਹਿ ਰਿਹਾ ਸੀ ਕਿ ਜੇ ਔਰਤ ਪੜ੍ਹ ਲਿਖੇ ਤਾਂ ਮੁਕਤ ਹੋ ਜਾਏਗੀ, ਪੜ੍ਹ ਲਿਖ ਕੇ ਨੌਕਰੀ ਪੇਸ਼ਾ ਔਰਤ ਨੂੰ ਤਾਂ ਹੋਰ ਕਈ ਸਾਰੇ ਖਸਮਾਂ ਦਾ ਸਾਹਮਣਾ ਕਰਨਾ ਪੈ ਗਿਆ। ਬੱਸ ਦੇ ਡਰਾਈਵਰ ਤੋਂ ਲੈ ਕੇ ਆਪਣੀ ਸੱਸ ਤੱਕ ਇੱਕ ਨਵੇਂ ਖਸਮ ਪੈਦਾ ਕਰਕੇ ਸਾਡੀ ਵਿਵਸਥਾ ਨੇ। ਸਵਾਲ ਕਿੱਥੇ ਸੀ? ਸਵਾਲ ਸੀ ਕਿ ਜਿੰਨੀ ਦੇਰ ਤੱਕ ਬੁਨਿਆਦੀ ਆਰਥਿਕ ਢਾਂਚਾ ਨਹੀਂ ਬਦਲਦਾ, ਔਰਤ ਨੇ ਮੁਕਤ ਨਹੀਂ ਹੋਣਾ। ਮੇਦੋ ਦੀ ਥਾਂ ਤੇ ਲਾਜੋ ਬਲੀ ਚੜ ਜੂਗੀ ਤੇ ਅੰਬੋ ਦੀ ਥਾਂ ਤੇ ਕੋਈ ਹੋਰ ਬਲੀ ਚੜ ਜਾਵੇ। ਪ੍ਰੋਫੈਸਰ ਹਰਚਰਨ ਸਿੰਘ ਕਿਉਂਕਿ ਨਾਟਕਕਾਰ ਨੇ, ਸਿਧਾਂਤਕਾਰ ਨੇ, ਇਸ ਕਰਕੇ ਉਹ ਇਸ ਨਾਟਕ ਦੇ ਵਿੱਚ ਔਰਤ ਨੂੰ ਇੱਕ ਸ਼ਕਤੀਸ਼ਾਲੀ ਜਿਹੜੀ ਹੈਗੀ ਆ ਸਾਡੇ ਸਮਾਜ ਦਾ ਉਹ ਹਿੱਸਾ ਜਿਹੜਾ ਮੁਖਰ ਆ, ਜਿਹੜਾ ਆਪਣੇ ਰੋਹ ਵਿਦਰੋਹ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਕਰ ਰਿਹਾ, ਉਹਨੂੰ ਪੇਸ਼ ਤਾਂ ਫੈਮਿਨਨ ਵਾਇਸ ਵਿੱਚ ਕਰਦੇ ਆ, ਪਰ ਫੈਮਿਨਨ ਵਾਇਸ ਵਿੱਚ ਪੇਸ਼ ਕਰਦੇ ਕਰਦੇ ਉਹ ਇਹ ਭੁੱਲ ਜਾਂਦੇ ਆ ਕਿ ਬੁਨਿਆਦੀ ਆਰਥਿਕ ਢਾਂਚੇ ਨੂੰ ਉਪਜ ਦੇ ਸੰਬੰਧਾਂ ਨੂੰ ਬਦਲੇ ਬਿਨਾਂ ਇਹ ਸਥਿਤੀ ਨਹੀਂ ਬਦਲਦੀ। ਮੈਂ ਫਿਰ ਇਸ ਗੱਲ ਕਹਿੰਦੇ ਆ ਕਿ ਅਸੀਂ ਪ੍ਰੋਫੈਸਰ ਹਰਚਰਨ ਸਿੰਘ ਤੋਂ ਇਹ ਆਸ ਨਾ ਰੱਖੀਏ ਕਿ ਇਹ ਕੰਮ ਸਾਨੂੰ ਉਹ ਸਮਝਾਵੇ, ਇਹ ਕੰਮ ਸਾਡੇ ਵਰਗਿਆਂ ਦਾ ਆ ਜਾਂ ਇਹ ਕੰਮ ਸਿਧਾਂਤਕਾਰਾਂ ਦਾ ਆ, ਪਰ ਆਪਣੇ ਵੇਲੇ ਦੀ ਫਿਜ਼ਾ ਤੋਂ ਫੜ ਲੈਣਾ। ਫੜਿਆ ਕਿਹਨਾਂ ਨੇ? ਨਾਟਕ ਲਿਖਿਆ ਜਾ ਰਿਹਾ 1961 ਚ, ਅਸੀਂ ਤਾਂ 1947 ਚ ਆਜ਼ਾਦ ਹੋ ਗਏ ਸੀ ਤੇ ਗੁਲਾਬ ਦੇ ਫੁੱਲ ਵਾਲੇ ਚਾਚੇ ਨੇ ਇਹ ਲਾਰਾ ਵੀ ਲਾਇਆ ਸੀ ਕਿ ਸਮਾਜਵਾਦ ਲਿਆਊਗਾ, ਪੰਜ ਵਰਸ਼ੀ ਯੋਜਨਾ ਵੀ ਬੜੀਆਂ ਵਧੀਆ ਸੀ, ਮਿਕਸਡ ਇਕੋਨਮੀ ਦਾ ਮਾਡਲ ਲੈ ਕੇ ਆਏ ਸੀ। ਹੋਇਆ ਕੀ? 1961 ਤੱਕ ਜਾਂਦਾ ਜਾਂਦਾ ਭਾਰਤੀ ਮੱਧ ਵਰਗ ਇੰਨਾ ਨਿਰਾਸ਼ ਕਿਉਂ ਹੋ ਗਿਆ? 1953-54 ਵਿੱਚ ਹੀ ਉਰਦੂ ਦੇ ਪ੍ਰਗਤੀਸ਼ੀਲ ਲੇਖਕਾਂ ਨੇ ਇਸ ਆਜ਼ਾਦੀ ਨੂੰ ਝੂਠੀ ਕਹਿਣਾ ਸ਼ੁਰੂ ਕਰਤਾ ਸੀ, ਆਜ਼ਾਦੀ ਨੂੰ ਧੋਖਾ ਕਹਿਣਾ ਸ਼ੁਰੂ ਕਰਤਾ ਸੀ, ਫੈਜ਼ ਅਹਿਮਦ ਨੇ ਦਾਗਲਾ ਵਿਜਾਲਾ ਕਹਿਣਾ ਸ਼ੁਰੂ ਕਰਤਾ ਸੀਗਾ। 1961 'ਚ ਨਾਟਕ ਲਿਖਿਆ ਜਾ ਰਿਹਾ ਜਦੋਂ ਭਾਰਤੀ ਮੱਧ ਵਰਗ ਦਾ ਇੰਨਾ ਭਰੋਸਾ ਟੁੱਟ ਚੁੱਕਾ ਹਿੰਦੁਸਤਾਨ ਦੀ ਸਰਕਾਰ ਤੋਂ, ਜਿਹੜੀ ਸਰਕਾਰ ਹਿੰਦੁਸਤਾਨ 'ਚ ਸਮਾਜਵਾਦੀ ਤਰਜ ਦਾ ਨਿਜ਼ਾਮ ਲਿਆਉਣ ਦੀਆਂ ਗੱਲਾਂ ਕਰਦੀ ਸੀ ਤੇ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਕੋਈ ਰਾਹ ਨਹੀਂ, ਤੇ ਇਹ ਭਾਰਤੀ ਮੱਧ ਵਰਗ ਦੀ ਜਿਹੜੀ ਇਹ ਮਨੋਦਸ਼ਾ ਆ ਇਹ ਪੇਸ਼ ਕਿੱਥੇ ਹੋ ਰਹੀ ਆ? ਹਰਚਰਨ ਸਿੰਘ ਦੇ ਨਾਲ ਸ਼ੋਭਾ ਸ਼ਕਤੀ ਪੇਸ਼ ਹੋ ਰਹੀ ਆ ਕਿ ਜਿੱਥੇ ਔਰਤ ਕੋਲ ਆਪਣਾ ਘਰ ਨਹੀਂ ਰਹਿੰਦਾ, ਉਸ ਔਰਤ ਦਾ ਨਾ ਪਿਤਾ ਉਹਦਾ ਪਿਤਾ ਆ, ਉਸ ਔਰਤ ਦਾ ਨਾ ਪਤੀ ਉਹਦਾ ਪਤੀ ਆ, ਤੇ ਹੁਣ ਆਪਣੇ ਪੇਟੋਂ ਜੰਮੀ ਸੰਤਾਨ ਵੀ ਉਹਦੀ ਨਹੀਂ, ਬੰਦੇ ਦਾ ਘਰ ਕੌਣ ਆ, ਸਾਡਾ ਮਾਲਕ ਕੌਣ ਆ, ਸਾਡਾ ਖਸਮ ਕੌਣ ਆ? ਇਹ ਸਵਾਲ ਹਰਚਰਨ ਸਿੰਘ ਦਾ ਨਾਟਕ ਨਹੀਂ ਕਰ ਰਿਹਾ ਸੀਗਾ, ਇਹ ਸਵਾਲ ਫਿਜ਼ਾ ਕਰ ਰਹੀ ਸੀ, ਸਾਡੇ ਦੇਸ਼ ਦਾ ਰਾਸ਼ਟਰੀ ਪਸਮੰਜਰ ਇਹ ਸਵਾਲ ਖੜਾ ਕਰ ਰਿਹਾ ਸੀਗਾ। ਤੇ ਹਰਚਰਨ ਸਿੰਘ ਇਸ ਸਵਾਲ ਦਾ ਉੱਤਰ ਆਪਣੇ ਨਾਟਕ 'ਚ ਇੱਕ ਸੱਭਿਆਚਾਰਕ ਦੇ ਵਿੱਚ ਇੱਕ ਪਰਿਵਾਰ ਦੀ ਕਹਾਣੀ ਨਾਲ ਦੇਣ ਦਾ ਕੋਸ਼ਿਸ਼ ਕਰ ਰਿਹਾ ਸੀ। ਜਿਹੜਾ ਪੰਜਾਬੀ ਲੇਖਕ ਦਾ ਸੰਕਟ ਰਿਹਾ ਭਾਈ ਵੀਰ ਸਿੰਘ ਤੋਂ ਲੈ ਕੇ ਬਲਵੰਤ ਗਾਰਗੀ ਤੱਕ ਪੰਜਾਬੀ ਲੇਖਕਾਂ ਦਾ ਇੱਕ ਸੰਕਟ ਇਹ ਰਿਹਾ ਕਿ ਅਸੀਂ ਸਿਆਸੀ ਸਵਾਲਾਂ ਨੂੰ ਸਿਆਸੀ ਈਵੀਐਮ ਵਿੱਚ ਸਮਝ ਤਾਂ ਲੈਂਦੇ ਹਾਂ, ਪਰ ਸਿਆਸੀ ਸਵਾਲਾਂ ਨੂੰ ਅਸੀਂ ਸਮਾਜ ਦੇ ਵੱਡੇ ਪ੍ਰਸੰਗ 'ਚ ਰੱਖ ਕੇ ਸਮਝਦੇ ਨਹੀਂ। ਇਤਿਹਾਸ ਜਿਹੜੀਆਂ ਵਿੱਢਾਂ ਪਾਉਂਦਾ ਰਿਹਾ ਸਾਨੂੰ, ਅਸੀਂ ਇਤਿਹਾਸ ਦੀਆਂ ਵਿੱਢਾਂ ਨੂੰ ਸਮਝਦੇ ਰਹੇ, ਪਰ ਇਤਿਹਾਸ ਦੀਆਂ ਵਿੱਢਾਂ ਦੇ ਜਿਹੜੇ ਅਸੀਂ ਉੱਤਰ ਦਿੰਦੇ ਰਹੇ, ਜਿਹੜੇ ਸਾਡੇ ਹੰਗਾਰੇ ਸੀ ਇਤਿਹਾਸ ਦੀਆਂ ਵਿੱਢਾਂ ਬਾਰੇ। ਪੰਜਾਬੀ ਲੇਖ ਦੇ ਕਈ ਵਾਰੀ ਉਹ ਹੰਗਾਰੇ ਵੱਖਰੀ ਕਿਸਮ ਦੇ ਹੁੰਦੇ ਸੀਗੇ। ਭਾਈ ਵੀਰ ਸਿੰਘ ਹੋਣੀ ਕੀ ਕਰ ਰਹੇ ਨੇ? ਭਾਈ ਵੀਰ ਸਿੰਘ ਹੋਣੀ 1905 ਦੇ ਵਿੱਚ ਲਿਖਣਾ ਸ਼ੁਰੂ ਕਰਦੇ ਨੇ ਮਹਾਂਕਾਵ ਆਪਣਾ ਰਾਣਾ ਸੂਰ ਸਿੰਘ, 1917 ਤੱਕ ਨਿਬੇੜ ਦਿੰਦੇ ਨੇ। 1905 ਤੋਂ ਲੈ ਕੇ 1917 ਤੱਕ ਦਾ ਸਮਾਂ
ਨਾ ਕੇਵਲ ਪੰਜਾਬ ਨਾ ਕੇਵਲ ਹਿੰਦੁਸਤਾਨ ਸੰਸਾਰ ਪੱਧਰ ਤੇ ਬਸਤੀਵਾਦ ਦੇ ਖਿਲਾਫ਼ ਪ੍ਰਵਾਇਲ ਦਾ ਸਮਾਂ ਹੈ। ਹਿੰਦੁਸਤਾਨ ਪੰਜਾਬ ਦੇ ਵਿੱਚ ਦੇਖੀਏ ਤਾਂ ਪੰਜਾਬ ਦੇ ਵਿੱਚ ਬਾਹਰ ਦਾ ਕਿਸਾਨ ਅੰਦੋਲਨ ਹੁੰਦਾ। ਜੇ ਅਸੀਂ ਰਾਸ਼ਟਰੀ ਪੱਧਰ ਤੇ ਦੇਖਦੇ ਹਾਂ ਤਾਂ ਹਿੰਦੁਸਤਾਨ ਦੇ ਵੱਖਰੇ ਵੱਖਰੇ ਖਿੱਤਿਆਂ 'ਚ ਤਰ੍ਹਾਂ ਤਰ੍ਹਾਂ ਦੇ ਅੰਦੋਲਨ ਹੁੰਦੇ ਆ। ਅੰਤਰਰਾਸ਼ਟਰੀ ਪੱਧਰ ਤੇ ਦੇਖਦੇ ਹਾਂ ਤਾਂ ਗਦਰ ਲਹਿਰ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਨੇ ਸਾਡੇ ਕੋਲ ਜ਼ਿਲ੍ਹਿਆਂ ਵਾਲੇ ਬਾਗ ਦਾ, ਪੰਜਾਬ ਦੇ ਵਿੱਚ ਖਾਸ ਤੌਰ 'ਤੇ ਗੁਰਦੁਆਰਾ ਸਧਾਰ ਲਹਿਰ ਆ। ਇਸ ਸਾਰੇ ਦੌਰ ਦੇ ਸਵਾਲ ਨੂੰ, ਸਵਾਲ ਤਾਂ ਸਿਆਸੀ ਸੀ ਕਿ ਹਿੰਦੁਸਤਾਨ ਦੇ ਬੰਦੇ ਦੀ ਹੋਣੀ ਕੀ ਆ, ਭਾਈ ਵੀ ਸਿੰਘ ਨਜਿੱਠਦੇ ਕਿਵੇਂ ਆ, ਕਿ ਰਾਣੀ ਰਾਜ ਦਾ ਪਤੀ ਮਰ ਜਾਂਦਾ, ਰਾਣੀ ਰਾਜ ਕਰਨੀ ਪ੍ਰਾਮ ਆ, ਰੋਜੀ ਕਰਾਉਂਦੀ ਆ, ਸੁਪਨੇ 'ਚ ਰਾਣਾ ਸੂਤ ਸਿੰਘ ਆਉਂਦੇ ਆ ਅਤੇ ਰਾਣੀ ਰਾਜ ਨੂੰ ਕਹਿੰਦੇ ਆ ਕਿ ਗੁਰਦੁਆਰੇ ਜਾਇਆ ਕਰ, ਸਤਸੰਗ ਕਰਿਆ ਕਰ, ਤੇਰੇ ਮਸਲੇ ਹੱਲ ਹੋ ਜਾਣਗੇ। ਭਾਈ ਵੀ ਸਿੰਘ ਸਿਆਸੀ ਸਵਾਲਾਂ ਦਾ ਉੱਤਰ ਅਧਿਆਤਮਿਕ ਮੀਡੀਅਮ 'ਚ ਦੇਣ ਲੱਗ ਜਾਂਦੇ ਆ। ਸਵਾਲ ਹਿੰਦੁਸਤਾਨ ਦੇ ਬੰਦੇ ਦੀ ਮੁਕਤੀ ਦਾ ਸੀ ਅਤੇ ਉੱਤਰ ਇਹ ਦੇਣ ਲੱਗ ਗਏ ਕਿ ਲੜਨਾ ਨਹੀਂ, ਅੰਗਰੇਜ਼ਾਂ ਦੇ ਖਿਲਾਫ਼ ਲੜਨ ਦਾ ਹੁਣ ਕੋਈ ਮੌਕਾ ਨਹੀਂ, ਕਿਉਂਕਿ ਸਾਡੀ ਹਾਲਤ ਕੀ ਆ, ਅਸੀਂ ਹਾਰੀ ਹੋਈ ਕੌਮ ਆ, ਸਾਡੀ ਹਾਲਤ ਵਿਧਵਾ ਵਾਲੀ ਆ, ਸਾਡੀ ਹਾਲਤ ਔਰਫਨ ਬੱਚੇ ਵਾਲੀ ਆ, ਔਰਫਨ ਬੱਚੇ ਦਾ ਸਬਕ ਵੀ ਦਿੰਦੇ ਆ ਅਤੇ ਨਾਲ ਦੀ ਨਾਲ ਇਸ ਕਿਸਮ ਦੀ ਸਿੱਖਿਆ ਵੀ ਦੇ ਰਹੇ ਨੇ, ਕਿਉਂਕਿ ਆਏ ਮਿਡਲ ਕਲਾਸ ਵਿੱਚੋਂ ਆ। ਉਹ ਮਿਡਲ ਕਲਾਸ ਜਿਹੜੀ ਅੰਗਰੇਜ਼ਾਂ ਦੇ ਉੱਤੇ ਆਸਰਤ ਆ, ਜਿਹੜੀ ਅੰਗਰੇਜ਼ਾਂ ਤੋਂ ਗਿਆਨ ਲੈ ਰਹੀ ਆ, ਨੌਕਰੀਆਂ ਲੈ ਰਹੀ ਆ, ਨਵੇਂ ਨਵੇਂ ਸਾਧਨ ਅਤੇ ਨਵੇਂ ਨਵੇਂ ਅਮੀਰ ਹੋਣ ਦੇ ਤਰੀਕੇ ਲੱਭ ਰਹੇ ਆ, ਅੰਗਰੇਜ਼ਾਂ ਨੂੰ ਵਿਕਾਸਸ਼ੀਲ ਬਣ ਰਹੀ ਆ, ਅਤੇ ਉਹ ਮਿਡਲ ਕਲਾਸ ਨਾਲ ਇਹ ਵੀ ਕਹਿ ਰਹੀ ਆ ਕਿ ਪਾਲਾ ਤੋਤਿਆਂ ਰੌਲਾ ਦੇ ਸ਼ੋਰ ਉੱਤੇ ਧੌਣ ਸੜਕ ਅਤੇ ਧਰਾ ਸਮਾ ਦਿੰਦੀ। ਭਾਈ ਵੀ ਸਿੱਧੇ ਤੋਂ ਤੋੜਾ ਝਾੜ ਲੈਂਦੇ ਨੇ। ਔਰ ਇਹ ਕੋਈ ਡਾਕਟਰ ਹਰਚਰਨ ਸਿੰਘ ਦੀ ਇਕੱਲਿਆਂ ਦੀ ਸੀਮਾ ਨਹੀਂ, ਸਾਡੇ ਪੰਜਾਬੀ ਲੇਖਕ ਦੀ ਇੱਕ ਸੀਮਾ ਰਹੀ ਆ ਕਿ ਅਸੀਂ ਸਾਡੀ ਕੌਮ ਨੂੰ, ਸਾਡੇ ਸਮਾਜ ਨੂੰ, ਸਾਡੇ ਖਿੱਤੇ ਨੂੰ ਜਾਂ ਦੁਨੀਆਂ ਨੂੰ ਦਰਪੇਸ਼ ਜਿਹੜੇ ਰਾਜਸੀ ਸਵਾਲ ਸੀ ਜਾਂ ਜਿਹੜੇ ਆਰਥਿਕ ਸਵਾਲ ਸੀ, ਉਹਨਾਂ ਸਾਰੀਆਂ ਆਰਥਿਕ ਅਤੇ ਰਾਜਸੀ ਚੁਣੌਤੀਆਂ ਦਾ ਜਦੋਂ ਅਸੀਂ ਉੱਤਰ ਲੱਭਣ ਲੱਗਦੇ ਹਾਂ ਤਾਂ ਉੱਤਰ ਅਸੀਂ ਕਿਤੇ ਅਧਿਆਪਕ ਪ੍ਰਸੰਗ ਵਿੱਚ ਲੱਭਣ ਲੱਗ ਜਾਂਦੇ ਹਾਂ ਅਤੇ ਕਿਤੇ ਸੱਭਿਆਚਾਰਕ ਪ੍ਰਸੰਗ ਵਿੱਚ ਲੱਭਣ ਲੱਗ ਜਾਂਦੇ ਹਾਂ, ਜਾਂ ਫਿਰ ਬਹੁਤ ਵਾਰੀ ਕੀ ਹੁੰਦਾ ਕਿ ਅਸੀਂ ਮਨ ਪਰਿਵਰਤਨ ਵਿੱਚ ਲੱਭਣ ਲੱਗ ਜਾਂਦੇ ਹਾਂ। ਸ਼ੋਭਾ ਸ਼ਕਤੀ ਦੇ ਵਿੱਚ ਜਿਹੜੀ ਸ਼ੋਭਾ ਹੈਗੀ ਆ ਉਹ ਆਪਣਾ ਘਰ ਆਪ ਹੀ ਛੱਡ ਕੇ ਚਲੇ ਜਾਂਦੀ ਆ। ਸਵਾਲ ਇਹ ਆ ਕਿ ਭਾਰਤੀ ਮਿਡਲ ਕਲਾਸ ਕੀ ਕਰੇ? ਭਾਰਤੀ ਮਿਡਲ ਕਲਾਸ ਆਪਣੇ ਘਰ ਲਈ ਲੜੇ, ਆਪਣੇ ਪੁੱਤਰ ਨਾਲ ਲੜੇ ਅਤੇ ਆਪਣੀ ਆਜ਼ਾਦੀ ਆਪਣੇ ਘਰ 'ਚ ਬਹਾਲ ਕਰੇ, ਜਾਂ ਭਾਰਤੀ ਮੱਧ ਵਰਗ ਜਿਹੜਾ ਹੈਗਾ ਸੀ ਉਹ ਕਿਤੇ ਧਰਮ ਦੇ ਲੜਨ ਲੱਗ ਜੇ, ਕਿਤੇ ਸੰਪਰਦਾਇ ਦੇ ਲੜਨ ਲੱਗ ਜੇ ਅਤੇ ਕਿਤੇ ਹੋਰ ਕਿਸੇ ਕਿਸਮ ਦੇ ਰੋਮਾਂਸ ਦੀ ਲੜਨ ਲੱਗ ਕੇ ਆਪਣੀ ਲੜਾਈ ਨੂੰ ਛੱਡ ਬੈਠੇ? ਅਗਲਾ ਜਿਹੜਾ ਸਵਾਲ ਸੀਗਾ ਉਹ ਸੀਗਾ ਕਿ 1955 ਦੇ ਵਿੱਚ ਨਾਟਕ ਲਿਖਦੇ ਨੇ ਡਾਕਟਰ ਚਰਨ ਸਿੰਘ ਰੱਤਾ ਸਾਧੂ, ਇਸ ਨਾਟਕ ਦੀ ਬੜੀ ਬੱਲੇ ਬੱਲੇ ਹੋਈ। ਉਹ ਆਪ ਲਿਖਦੇ ਨੇ ਕਿ ਇਸ ਨਾਟਕ ਦੇ ਸਿਰ 'ਤੇ ਮੈਂ ਏਸ਼ੀਅਨ ਐਫਰੋ ਏਸ਼ੀਅਨ ਰਾਈਟਰ ਕਾਨਫਰੰਸ ਵਿੱਚ ਗਿਆ, ਮੈਨੂੰ ਪ੍ਰਗਤੀਵਾਦੀ ਕ੍ਰਾਂਤੀਕਾਰੀ ਨਾਟਕਕਾਰ ਕਿਹਾ ਗਿਆ, ਇਹਦੇ ਬੜੇ ਐਡੀਸ਼ਨ ਛਪੇ, 6 ਐਡੀਸ਼ਨ ਛਪੇ। ਮੈਂ ਦੇਖ ਲਿਆ ਸੀਗਾ ਵੀ 6ਵੇਂ ਐਡੀਸ਼ਨ ਤੱਕ ਤਾਂ ਡਾਕਟਰ ਚਰਨ ਸਿੰਘ ਬਹੁਤ ਮਚੋਰ ਹੋ ਗਏ ਹੋਣਗੇ, ਹੁਣ ਉਹ ਸਿਆਸੀ ਤੌਰ 'ਤੇ ਕਿਸ ਕਿਸਮ ਦੀ ਸਮਝ ਰੱਖਦੇ ਆ। ਅੱਜ ਸਵੇਰੇ ਹੀ ਉੱਠ ਕੇ ਮੈਂ ਉਸ 6ਵੇਂ ਐਡੀਸ਼ਨ ਦੀ ਭੂਮਿਕਾ ਪੜ੍ਹੀ। ਦਰਅਸਲ ਉਸ ਨਾਟਕ ਦੀਆਂ ਪੇਸ਼ਕਾਰੀਆਂ ਬਾਰੇ ਤਾਂ ਬਹੁਤ ਗੱਲਾਂ ਕਰਦੇ ਆ, ਉਸ ਨਾਟਕ ਦੇ ਕੰਟੈਂਟ ਬਾਰੇ ਕੋਈ ਵੀ ਗੱਲ ਨਹੀਂ ਕਰਦੇ। ਕੰਟੈਂਟ ਕੀ ਆ ਕਿ ਪੰਜਾਬ ਦੇ ਵਿੱਚ ਇੱਕ ਗੱਲ ਤਾਂ ਬੜੀ ਖੂਬਸੂਰਤ ਫੜਦੇ ਆ, ਸਾਨੂੰ ਆਖਦਾ ਕਿ ਅਸੀਂ ਬਸਤੀਵਾਦ ਦੇ ਖਿਲਾਫ਼ ਲੜੇ ਗਏ ਸੰਸਾਰ ਪੱਧਰ 'ਤੇ ਸੰਘਰਸ਼ਾਂ ਦੀ ਬੜੀ ਮਹਿਮਾ ਕਰਦੇ ਹਾਂ ਅਤੇ ਆਪਣੀ ਧਰਤੀ 'ਤੇ ਲੜੇ ਗਏ ਘੋੜਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਅੱਜ ਤੱਕ ਅਸੀਂ ਕੀ ਕੀਤਾ ਕਿ ਸਾਨੂੰ ਰੂਸ ਦਾ ਚੀਨ ਦਾ ਇਨਕਲਾਬ ਤਾਂ ਲੱਭਦੇ ਆ, ਹਿੰਦੁਸਤਾਨ ਦੀ ਧਰਤੀ 'ਤੇ ਨਿੱਕੇ ਨਿੱਕੇ ਖੇਤਰਾਂ 'ਚ ਜਿਹੜੇ ਸਾਡੇ ਲੋਕ ਸ਼ਹੀਦ ਹੋਏ ਅਸੀਂ ਉਹਨਾਂ ਵੱਲ ਬਹੁਤ ਤਵੱਜੋ ਨਹੀਂ ਦਿੱਤੀ। ਪੰਜਾਬੀ ਲਿਟਰੇਚਰ ਦੇ ਵਿੱਚ 1-20 ਸਤਰ ਬਾਹਰ ਦੇ ਜਾਂਗਲਿਆਂ ਦੇ ਅੰਦੋਲਨ ਬਾਰੇ ਨਹੀਂ ਮਿਲਦੀ, ਜਿੱਥੇ ਉਹਨਾਂ ਨੇ ਅੰਗਰੇਜ਼ਾਂ ਨੂੰ 4 ਮਹੀਨੇ ਵਕਤ ਪਾਈ ਰੱਖਿਆ, ਅੰਗਰੇਜ਼ ਡਿਪਟੀ ਕਮਿਸ਼ਨਰ ਨੂੰ ਮਾਰ ਦਿੱਤਾ ਉੱਥੇ,
ਅੰਗਰੇਜ਼ਾਂ ਦੀ ਜੇਲ੍ਹ ਤੋੜ ਕੇ ਅਫਲਾ ਲੁੱਟ ਕੇ ਲੈ ਗਏ ਤੇ ਪੂਰੇ ਦਾ ਪੂਰਾ ਜਿਹੜਾ ਸੀਗਾ ਸਾਂਦਲਵਾਲ ਤੇ ਦੁੱਧੇ ਦੀ ਬਾਗ ਰੱਖ ਦਿੱਤਾ ਸੀ, ਦੀਦੀ ਬਾਗ ਰੱਖ ਦਿੱਤਾ ਸੀ, ਆਪੇ ਨਾਲ ਮਿਲਿਆ ਅੰਗਰੇਜ਼ਾਂ ਦੇ ਖਿਲਾਫ਼। ਉਹਦਾ ਕਿਤੇ ਜ਼ਿਕਰ ਤੱਕ ਨਹੀਂ। ਹਰਸ਼ਾਂਤ ਸਿੰਘ ਹੁਣ ਕੀ ਕਰਦੇ ਨੇ ਕਿ ਪੰਜਾਬ ਦੀ ਜਿਹੜੀ ਖਾਸ ਤੌਰ ਤੇ ਪੈਸੂ ਦੇ ਖੇਤੇ ਚ ਬਜ਼ਾਰਾ ਲਹਿਰ ਸੀ ਤੇ ਜਿਹਦੇ ਪਿਛੋਕੜ ਚ ਪਰਜਾ ਮੰਡਲ ਲਹਿਰ ਪਈ ਹੈ। ਚੋਣ ਤਾਂ ਲੈਂਦੇ ਨੇ ਆਪਣੇ ਖੇਤੇ ਦੀ ਉਸ ਪਰਜਾ ਮੰਡਲ ਲਹਿਰ ਨੂੰ, ਉਹਦਾ ਬੜਾ ਇਨਕਲਾਬੀ ਵਿਰਸਾ ਆ ਔਰ ਉਸ ਇਨਕਲਾਬੀ ਵਿਰਸੇ ਨੂੰ ਆਪਣੇ ਨਾਟਕ ਦੇ ਵਿੱਚ ਉਹ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕਰਦੇ ਆ। ਪੇਸ਼ਕਾਰੀ ਇਸ ਕਿਸਮ ਦੀ ਆ ਕਿ ਪਿੰਡ ਦਾ ਇੱਕ ਮੁੰਡਾ ਸ਼ਹਿਰ ਜਾਂਦਾ ਜਲਸਾ ਸੁਣ ਕੇ ਆਉਂਦਾ, ਆ ਕੇ ਆਪਣੇ ਸਾਥੀਆਂ ਨਾਲ ਗੱਲਾਂ ਕਰ ਰਿਹਾ, ਪੁਲਿਸ ਆਉਂਦੀ ਆ, ਪੁਲਿਸ ਨੂੰ ਛਾਪ ਆਉਂਦੀ ਆ, ਅਰੈਸਟ ਕਰ ਲੈਂਦੀ ਆ। ਪਿੰਡ ਦਾ ਜਿਹੜਾ ਰਿਸ਼ਤੇਦਾਰ ਆ ਉਹਦੀ ਆਪਸ ਮੁੰਡੇ ਦੀ ਭੈਣ ਤੇ ਆ, ਉਹ ਮੁੰਡੇ ਨੂੰ ਖਰਾਬ ਕਰਦਾ, ਕੁੜੀ ਨੂੰ ਖਰਾਬ ਕਰਦਾ, ਅਲਟੀਮੇਟ ਮੁੰਡੇ ਨੂੰ ਮਰਵਾ ਦਿੰਦਾ ਤੇ ਭੈਣ ਨੂੰ ਚੁੱਕ ਕੇ ਲੈ ਜਾਂਦਾ। ਇਹ ਸਾਰਾ ਜਿਹੜਾ ਨਾਟਕ ਆ, ਇਸ ਨਾਟਕ ਦੇ ਵਿੱਚ ਸਵਾਲ ਤਾਂ ਇਹ ਸੀ ਕਿ ਜਗੀਰਦਾਰੀ ਜਾਂ ਬਿਸਵੇਦਾਰੀ ਪ੍ਰਥਾ ਮਾੜੀ ਆ ਤਾਂ ਕਿਉਂ ਮਾੜੀ ਆ, ਕੀ ਬਿਸਵੇਦਾਰੀ ਪ੍ਰਥਾ, ਜਗੀਰਦਾਰੀ ਪ੍ਰਥਾ ਜਾਂ ਸਮਾਜਵਾਦੀ ਜਾਂ ਸਰਮਾਏਦਾਰੀ ਪ੍ਰਥਾ, ਕੀ ਇਹ ਇਸ ਕਰਕੇ ਮਾੜ ਗਏ ਨੇ ਕਿ ਇਹ ਆਰਥਿਕ ਦੁੱਖ ਦੇ ਉੱਤੇ ਖੜ੍ਹ ਗਏ ਤੇ ਇਹਨਾਂ ਦਾ ਬਦਲ ਰਿਹਾ ਕਿ ਆਰਥਿਕ ਨਿਜ਼ਾਮ ਬਦਲਿਆ ਜਾਵੇ। ਪਰ ਡਾਕਟਰ ਹਰਚੰਦ ਸਿੰਘ ਜੀ ਇਸ ਪਾਸੇ ਨਹੀਂ ਕਰਦੇ। ਇਹ ਤਾਂ ਠੀਕ ਆ ਕਿ ਉਹਨਾਂ ਦੇ ਸਮੇਂ 'ਚ ਬਹੁਤ ਕੁਝ ਐਸਾ ਵਾਪਰ ਰਿਹਾ ਸੀ ਜਿਹੜੇ ਉਸ ਸਮੇਂ 'ਚ ਬੋਲ ਗੂੰਜਦੇ ਹੋਣਗੇ, ਉਹ ਉਹਨਾਂ ਦੇ ਚੇਤ ਵਿੱਚ ਆਉਂਦੇ ਹੋਣ ਅਤੇ ਅਚੇਤ ਰੂਪ 'ਚ ਉਹਨਾਂ ਦੀਆਂ ਲਿਖਤਾਂ 'ਚ ਆਉਂਦੇ ਹੋਣ, ਜਿੱਥੇ ਪੁੱਤਰ ਆਪਣੀ ਮਾਂ ਨੂੰ ਕਹਿੰਦਾ ਕਿ ਭਾਵੇਂ ਮੈਂ ਮਰ ਰਿਹਾ ਪਰ ਤੂੰ ਇਹ ਲੜਾਈ ਨਾ ਛੱਡੀ, ਅਤੇ ਇੱਕ ਜਗੀਰਦਾਰ ਨੂੰ ਇੱਕ ਬਿਸਵੇਦਾਰ ਨੂੰ ਮਾਰਿਆ ਮਸਲੇ ਹੱਲ ਨਹੀਂ ਹੋਣੇ, ਤੂੰ ਬਿਸਵੇਦਾਰੀ ਦੇ ਖਿਲਾਫ਼ ਲੜਦੀ ਰਹੀ। ਇਸ ਕਿਸਮ ਦੀਆਂ ਸਿੱਧੀਆਂ ਟਿੱਪਣੀਆਂ ਤਾਂ ਪਈਆਂ ਨੇ, ਇਹ ਆਪਾਂ ਸੰਗਤ ਟਿੱਪਣੀਆਂ ਟਿੱਪਣੀਆਂ ਨੇ ਅਤੇ ਇਸ ਨਾਟਕ ਨੂੰ ਕਮਜ਼ੋਰ ਕਰਦੀਆਂ ਨੇ। ਹਰਚੰਦ ਸਿੰਘ ਦੀ ਸੀਮਾ ਇਹ ਬਣ ਜਾਂਦੀ ਆ ਕਿ ਜਿਹੜਾ ਸਵਾਲ ਸੀ ਇਤਿਹਾਸ ਨੇ ਸਾਡੇ ਸਾਹਮਣੇ ਸੁੱਟਿਆ, ਇਤਿਹਾਸ ਨੇ ਸਾਡੇ ਸਾਹਮਣੇ ਇੱਕ ਸਵਾਲ ਰੱਖਿਆ ਆ ਕਿ ਬਿਸਵੇਦਾਰੀ ਪ੍ਰਥਾ ਜਾਂ ਸਰਮਾਏਦਾਰੀ ਪ੍ਰਥਾ ਕਿਉਂ ਮਾੜੀ ਆ। ਇਸ ਕਰਕੇ ਮਾੜੀ ਆ ਕਿ ਉਹ ਆਰਥਿਕ ਦੁੱਖ ਦੇ ਉੱਤੇ ਖੜੀ ਆ, ਦਮਨ ਦੇ ਉੱਤੇ ਖੜੀ ਆ। ਪਰ ਭਾਈ ਹਰਚੰਦ ਸਿੰਘ ਹੋਣੀ ਤੇ ਭਾਈ ਵੀਰ ਸਿੰਘ ਹੋਣੀ ਕੀ ਕਰ ਰਹੇ ਨੇ, ਉਹ ਇਹ ਕਹਿ ਰਹੇ ਨੇ ਕਿ ਇਹ ਜਮਾਤ ਨੈਤਿਕ ਤੌਰ ਤੇ ਮਾੜੀ ਆ, ਲੋਕਾਂ ਦੀਆਂ ਕੁੜੀਆਂ ਚੱਕ ਕੇ ਲੈ ਜਾਂਦੀ ਆ। ਬਲ ਜਗੀਰਦਾਰ ਦੀ ਲੁੱਟ ਨੂੰ ਕੇਵਲ ਉਹਦੇ ਅਨੈਤਿਕ ਹੋਣ ਤੱਕ ਜਾ ਕੇ ਸੀਮਿਤ ਕਰ ਦਿੱਤਾ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਡਾਕਟਰ ਹਰਚੰਦ ਸਿੰਘ ਆਪਣੇ ਵੇਲੇ ਦੇ ਸਵਾਲਾਂ ਨੂੰ ਤਾਂ ਬਹੁਤ ਸੂਖਮ ਰੂਪ 'ਚ ਪਕੜਦੇ ਆ ਅਤੇ ਆਪਣੇ ਨਾਟਕ 'ਚ ਉਹਨਾਂ ਨੂੰ ਇੱਕ ਸੱਭਿਆਚਾਰਕ ਮੁਹਾਵਰੇ 'ਚ ਪੇਸ਼ ਕਰਨ ਦਾ ਯਤਨ ਵੀ ਕਰਦੇ ਆ। ਪਰ ਜਦੋਂ ਮਸਲਿਆਂ ਨੂੰ ਸਮਟਾਉਣ ਨਪਟਾਉਣ ਲੱਗਦੇ ਨੇ, ਕਿਉਂਕਿ ਉਹਨਾਂ ਦਾ ਦ੍ਰਿਸ਼ਟੀਕੋਣ ਜਿਹੜਾ ਸੀਗਾ ਮੱਧ ਵਰਗ 'ਚੋਂ ਆਇਆ ਸੀ, ਮੱਧ ਵਰਗੀ ਆ, ਸਮਝੌਤਾਵਾਦੀ ਵੀ ਆ। ਤੁਸੀਂ ਇਹ ਦੇਖੋਗੇ ਕਿ ਇਸ ਨਾਟਕ ਦੇ ਵੱਖਰੇ ਵੱਖਰੇ ਐਡੀਸ਼ਨਾਂ ਵਿੱਚ ਟੈਕਸਟ ਵੀ ਬਦਲ ਜਾਂਦੀ ਰਹੀ। ਕਿਉਂ ਬਦਲ ਜਾਂਦੀ ਰਹੀ? ਸਮੇਂ ਦੀ ਸਰਕਾਰ ਮੁਤਾਬਕ ਟੈਕਸਟ ਬਦਲਦੀ ਰਹੀ। ਇੱਕ ਐਡੀਸ਼ਨ ਦੀ ਟੈਕਸਟ ਇਹ ਕਹਿੰਦੀ ਆ ਮੁੰਡੇ ਨੂੰ ਥਾਂਦਾਰ ਕਹਿ ਰਿਹਾ ਕਿ ਤੂੰ ਕਾਂਗਰਸ ਲੈ ਕਿਸਾਨ ਦੇ, ਜਦੋਂ ਦੂਜਾ ਨਾਟਕ ਛੱਡਣਾ ਹੋਊਗਾ ਸ਼ਾਇਦ ਕਾਂਗਰਸ ਕਮਜ਼ੋਰ ਨਹੀਂ ਹੋਵੇ ਜਾਂ ਸ਼ਾਇਦ ਡਾਕਟਰ ਸਾਹਿਬ ਦੇ ਮਨ 'ਚੋਂ ਕਾਂਗਰਸ ਲਹਿਣੀ ਹੋਵੇ, ਕਾਂਗਰਸ ਦਾ ਦੋਨੋਂ ਛੋਟਾ ਲੱਗਣ ਲੱਗ ਗਿਆ ਹੋਵੇ ਤੇ ਡਾਕਟਰ ਸਾਹਿਬ ਕਹਿ ਦਿੰਦੇ ਵੀ ਕੀ ਤੂੰ ਕੌਮੀ ਲਹਿਰ ਸਮਝਦੇ। ਇੱਕ ਕੰਡੀਸ਼ਨ 'ਚ ਇਹ ਆ ਗਿਆ ਕਿ ਥਾਂਦਾਰ ਮੁੰਡੇ ਨੂੰ ਪੁੱਛਦਾ ਵੀ ਤੂੰ ਫਰੀਦਕੋਟ ਕੇ ਜੈਲ ਸਿੰਘ ਨੂੰ ਜਾਣਦਾ, ਤੇ ਮੁੰਡੇ ਦਾ ਉੱਤਰ ਇਹ ਆ ਕਿ ਜੈਲ ਸਿੰਘ ਦੀ ਕੁਰਬਾਨੀ ਨੂੰ ਕੌਣ ਜਾਣਦਾ। ਇਹ ਟੈਕਸਟ ਵਿੱਚ ਤਬਦੀਲੀਆਂ ਕੀ ਯਾਦ ਕਰਦੀਆਂ ਨੇ, ਤਬਦੀਲੀਆਂ ਇਹ ਯਾਦ ਕਰਦੀਆਂ ਨੇ ਕਿ ਸਾਡਾ ਮੱਧ ਵਰਗ ਦਾ ਲੇਖਕ ਸਮੇਂ ਦੇ ਦਬਾਵਾਂ ਕਰਕੇ ਕਦੇ ਲਹਿਰਾਂ ਦੇ ਨਾਲ ਹੋ ਜਾਂਦਾ ਆ, ਕਦੇ ਲਹਿਰਾਂ ਬਾਰੇ ਉਹਦੀ ਦ੍ਰਿਸ਼ਟੀ ਬਦਲ ਜਾਂਦੀ। ਸੋ ਮੈਂ ਇਸ ਕਰਕੇ ਕਹਿ ਰਿਹਾ ਸੀ ਕਿ ਇਹ ਸਮਾਂ
ਡਾਕਟਰ ਹਰਚੰਦ ਸਿੰਘ ਨੂੰ ਕੇਵਲ ਵਡਿਆਉਣ ਦਾ ਨਹੀਂ, ਵਡਿਆਈ ਦੇ ਹੱਕਦਾਰ ਤਾਂ ਇਸ ਕਰਕੇ ਨੇ ਕਿ ਉਹਨਾਂ ਨੇ ਪੂਰੀ ਦੇ ਪੂਰੇ ਇਸ ਖਿੱਤੇ ਦੇ ਰਾਜਸੀ ਤੇ ਸੱਭਿਆਚਾਰਕ ਅੰਦੋਲਨਾਂ ਨੂੰ ਬਹੁਤ ਖੂਬਸੂਰਤੀ ਨਾਲ ਪਕੜਿਆ, ਇਸ ਕਰਕੇ ਉਹਦੀ ਵਡਿਆਈ ਬਹੁਤ ਰਹੀ ਆ। ਪਰ ਸਾਡੇ ਬਜ਼ੁਰਗ ਕਿੱਥੇ ਕਿੱਥੇ ਗਲਤ ਗਲਤ ਕਾਹੀਆਂ ਕਰਦੇ ਰਹੇ, ਇਹ ਅਗਲੀ ਪੀੜ੍ਹੀ ਨੂੰ ਦੱਸਣਾ ਵੀ ਜ਼ਰੂਰੀ ਹੈ। ਇਸ ਕਰਕੇ ਮੈਂ ਇਸ ਕਰਕੇ ਥੋੜ੍ਹਾ ਕ੍ਰਿਟੀਕਲ ਹੋ ਗਿਆ ਕਿ ਡਾਕਟਰ ਚਰਨ ਸਿੰਘ ਦੀ ਜਿਹੜੀ ਦ੍ਰਿਸ਼ਟੀ ਸੀ ਉਹ ਕਿਤੇ ਨਾ ਕਿਤੇ ਰਾਸ਼ਟਰਵਾਦੀ ਹੁੰਦੀ ਰਹੀ। ਉਹ ਵਿਅਕਤੀ ਵਿਸ਼ੇਸ਼ ਦੇ ਮਨ ਪਰਿਵਰਤਨ ਤੋਂ ਹੀ ਸਥਿਤੀਆਂ ਦਾ ਪਰਿਵਰਤਨ ਤਲਾਸ਼ਦੇ ਰਹੇ, ਤੇ ਨਤੀਜਾ ਇਹ ਹੋਇਆ ਕਿ ਉਹਨਾਂ ਦੇ ਨਾਟਕਾਂ ਦਾ ਜਿਹੜਾ ਕੰਟੈਂਟ ਸੀ ਉਹ ਬਹੁਤ ਇੰਪੋਰਟੈਂਟ ਘਟਨਾਵਾਂ ਤੇ ਬਹੁਤ ਇੰਪੋਰਟੈਂਟ ਪਿਛੋਕੜ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਕਈ ਵਾਰੀ ਉਹ ਇਸ ਕਿਸਮ ਦੀਆਂ ਕਟਾਈਆਂ ਕਰ ਦਿੰਦੇ ਨੇ ਕਿ ਉਹ ਬੁਨਿਆਦੀ ਸਥਿਤੀ ਪਰਿਵਰਤਨ ਦੀ ਬਜਾਏ ਹਿਰਦੇ ਪਰਿਵਰਤਨ ਤੇ ਜ਼ੋਰ ਦੇ ਕੇ ਬਹਿ ਜਾਂਦੇ ਨੇ। ਅੰਤ ਮੈਂ ਇੰਨੀ ਗੱਲ ਨਾਲ ਆਪਣੀ ਗੱਲ ਸਮੇਟਦਾ ਕਿ ਡਾਕਟਰ ਸਾਹਿਬ ਨੇ ਜਿੱਥੇ ਵੱਖਰੇ ਵੱਖਰੇ ਸਹਿਤ ਨੂੰ ਵਰਤਿਆ ਉੱਥੇ ਨਾਟਕ ਦੀ ਤਕਨੀਕ ਦੇ ਪੱਖੋਂ ਵੀ ਉਹਨੇ ਬੜੇ ਤਜਰਬੇ ਕੀਤੇ ਆ। ਇਹ ਗੱਲ ਯਾਦ ਰੱਖ ਲਿਓ ਕਿ ਡਾਕਟਰ ਸਾਹਿਬ ਪ੍ਰਯੋਗ ਧਰਮੀ ਨਾਟਕਕਾਰ ਨੇ, ਪ੍ਰਯੋਗਵਾਦੀ ਨਹੀਂ। ਇੱਕ ਵੀ ਉਹਨਾਂ ਦਾ ਨਾਟਕ ਐਸਾ ਨਹੀਂ ਕਿ ਜਿਹੜਾ ਅਬਸਰਡ ਹੋਵੇ, ਤੇ ਉਹਨਾਂ ਦੇ ਨਾਟਕਾਂ ਦੀ ਜੇ ਕੋਈ ਸ਼ਕਤੀ ਹੈਗੀ ਆ ਤਾਂ ਭਾਵੇਂ ਦ੍ਰਿਸ਼ ਚਿਤਰਨ ਵਿੱਚ ਆ। ਜਿਹੜੇ ਨਾਟਕਾਂ ਵਿੱਚ ਨਵੀਆਂ ਯੋਗਤਾ ਵੀ ਵਰਤਦੇ ਨੇ, ਜੋ ਵਰਤਿਕ ਤਕਨੀਕ ਵਰਤ ਵੀ ਲੈਂਦੇ ਨੇ, ਤਾਂ ਉੱਥੇ ਵੀ ਡਾਕਟਰ ਸਾਹਿਬ ਦੇ ਨਾਟਕ ਦੀ ਖੂਬਸੂਰਤੀ, ਉਹਦਾ ਬਹੁਤ ਭਰਵਾਂ ਦ੍ਰਿਸ਼ ਹੁੰਦਾ ਹੈ। ਉਹਨਾਂ ਦੇ ਨਾਟਕਾਂ 'ਚੋਂ ਉਹ ਆਪ ਘੱਟ ਬੋਲਦੇ ਨੇ, ਦ੍ਰਿਸ਼ ਵੱਧ ਬੋਲਦਾ ਹੈ। ਹੋਰ ਬਹੁਤ ਸਾਰੀਆਂ ਟੈਕਨੀਕਸ ਉਹਨਾਂ ਨੇ ਯੂਜ਼ ਕੀਤੀ ਆ, ਫਿਲਮ ਦੀ ਟੈਕਨੀਕ ਯੂਜ਼ ਕੀਤੀ ਆ, ਲਾਈਟ ਐਂਡ ਸਾਊਂਡ ਦੀ ਟੈਕਨੀਕ ਯੂਜ਼ ਕੀਤੀ ਆ, ਮਨ ਵਿੱਚ ਦੀ ਟੈਕਨੀਕ ਯੂਜ਼ ਕੀਤੀ ਆ। ਕਦੇ ਸਾਡੀ ਆਪਣੀ ਲੋਕ ਘਰਾਂ ਵਿੱਚੋਂ, ਖਾਸ ਤੌਰ 'ਤੇ ਕੱਲ੍ਹ ਅੱਜ ਦੇ ਭਾਰਤ ਦੇ ਵਿੱਚ ਹੋਊ, ਸਾਡੀ ਆਪਣੀ ਲੋਕ ਪਰੰਪਰਾ ਵਿੱਚੋਂ ਨਕਲ ਕੇ ਲੈ ਆਉਂਦੇ ਆ, ਰਾਸ ਧਾਰ ਕੇ ਲੈ ਆਉਂਦੇ ਆ। ਸੋ ਉਹ ਇਸ ਗੱਲੋਂ ਬੜੇ ਸੁਚੇਤ ਸੀ ਕਿ ਜਿਹੜੀ ਗੱਲ ਮੈਂ ਕਹਿੰਦੀ ਹਾਂ ਲੋਕਾਂ ਤੱਕ ਜਾਵੇ ਵੀ, ਨਾਟਕ ਦੇ ਕੰਟੈਂਟ ਨਾਲੋਂ ਵੱਧ ਵੀ ਉਹ ਨਾਟਕ ਦੀ ਸੰਚਾਰ ਯੋਗਤਾ ਬਾਰੇ ਬਹੁਤ ਸੁਚੇਤ ਹੁੰਦੇ ਸੀ। ਇਸ ਕਰਕੇ ਉਹ ਜੇ ਇੱਕ ਪਾਸੇ ਵਿਰਕਤਿਨ ਤਕਨੀਕ ਵਰਤਦੇ ਨੇ ਤੇ ਦੂਜੇ ਪਾਸੇ ਉਹ ਸਾਡੀ ਆਪਣੀ ਲੋਕ ਨਾਟ ਪਰੰਪਰਾ ਦੀਆਂ, ਚਾਹੇ ਉਹ ਸਾਡੇ ਨਕਲਾਂ ਦੀ ਤਕਨੀਕ ਹੋਵੇ, ਬਰਾਸਕਾਂ ਦੀਆਂ ਟਿਕਰਾਂ ਦੀ ਤਕਨੀਕ ਹੋਵੇ, ਸਾਡੀ ਆਪਣੀ ਲੋਕ ਪਰੰਪਰਾ ਚ ਰਾਸ ਧਾਰਨਾ ਦੀ ਦੇ ਰਾਮ ਜੀ ਦਾ ਜਿਹੜੀ ਪਰੰਪਰਾ ਉਹਦੇ ਮਨ ਚ ਵੀ ਉਹ ਵਰਤ ਲੈਂਦੇ ਨੇ, ਔਰ ਇੱਕ ਨਾਟਕ ਹੀ ਪੂਰੇ ਦਾ ਪੂਰਾ ਉਹਨਾਂ ਦਾ ਰਾਮ ਜੀ ਦਾ ਵਰਿਆ। ਸੋ ਮੇਰਾ ਸਮਾਂ ਹੋ ਗਿਆ, ਸਮਾਂ ਹੁਣ ਆ ਗਿਆ ਜਾਂਦਾ ਕਿ ਹੋਰ ਗੱਲਾਂ ਕਰਨਾ, ਜੇ ਬੱਚਿਆਂ ਦੇ ਮਨ ਚ ਕੋਈ ਸਵਾਲ ਹੋਇਆ ਤਾਂ ਮੈਂ